ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇਸ ਪਲੇਟਫਾਰਮ 'ਤੇ। ਪਿਛਲੇ 2 ਕੁ ਦਿਨਾਂ ਤੋਂ ਕੋਈ ਵੀਡੀਓ ਨਹੀਂ ਆਈ, ਮਾਫ਼ੀ ਚਾਹੁੰਦਾ। ਮੈਂ ਟਾਈਮ ਦੀ ਕਾਫ਼ੀ ਵੱਡੀ ਪ੍ਰੋਬਲਮ ਸੀਗੀ, ਨਹੀਂ ਨਿਕਲ ਸਕਿਆ ਤਾਂ ਕਰਕੇ, ਬਟ ਅੱਜ ਫ੍ਰੀ ਸੀਗਾ ਅਤੇ ਅੱਜ ਆਪਾਂ ਵੀਡੀਓ ਲੈ ਕੇ ਆ ਰਹੇ ਹਾਂ। ਮਾਡਰਨ ਹਿਸਟਰੀ ਦਾ ਅੱਜ ਆਪਣਾ 27ਵਾਂ ਲੈਕਚਰ ਹੈ, ਜਿਹਦੇ ਵਿੱਚ ਆਪਾਂ ਹੁਣ ਤੱਕ ਲਾਰਡ ਕਰਜ਼ਨ ਸਾਹਿਬ ਤੱਕ ਪਹੁੰਚ ਗਏ ਸੀਗੇ। 1900 ਤੋਂ ਲੈ ਕੇ 1905 ਤੱਕ ਦਾ ਜਿਹੜਾ ਸਮਾਂ ਸੀਗਾ, ਇਸ ਸਮੇਂ ਦੇ ਵਿੱਚ ਭਾਰਤ ਦੇ ਕੀ ਹਾਲਾਤ ਸੀ, ਉਹਨਾਂ ਬਾਰੇ ਆਪਾਂ ਚਰਚਾ ਕਰ ਰਹੇ ਸੀ। ਤੇ ਲਾਰਡ ਕਰਜ਼ਨ ਸਾਹਿਬ ਦੇ ਟਾਈਮਲਾਈਨ ਦੇ ਵਿੱਚ ਜਿਹੜੇ ਜਿਹੜੇ ਇਵੈਂਟ ਹੋਏ ਉਹ ਤਾਂ ਆਪਾਂ ਡਿਸਕਸ ਕਰ ਚੁੱਕੇ ਸੀ, ਬਟ ਇੱਕ ਸਭ ਤੋਂ ਇੰਪੋਰਟੈਂਟ ਜਿਹੜਾ ਇਵੈਂਟ ਡਿਸਕਸ ਕਰਨਾ ਰਹਿ ਗਿਆ ਸੀਗਾ ਲਾਰਡ ਕਰਜ਼ਨ ਸਾਹਿਬ ਦੇ ਟਾਈਮਲਾਈਨ ਦੇ ਵੇਲੇ, ਉਹ ਸੀਗਾ ਪਾਰਟੀਸ਼ਨ ਆਫ ਬੰਗਾਲ, ਬੰਗਾਲ ਦੀ ਵੰਡ। ਬੜਾ ਹੀ ਇੰਪੋਰਟੈਂਟ ਇਵੈਂਟ ਸੀ ਤੇ ਐਗਜ਼ਾਮ ਪੁਆਇੰਟ ਆਫ ਵਿਊ ਦੇ ਲਈ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟੌਪਿਕ ਹੈ। ਇੱਥੋਂ ਪ੍ਰੀਲਿਮ ਤੇ ਮੇਨਸ ਪੁਆਇੰਟ ਆਫ ਵਿਊ ਦੇ ਲਈ ਬਹੁਤ ਹੀ ਜ਼ਿਆਦਾ ਬਥੇਰੇ ਤਰ੍ਹਾਂ ਦੇ ਕੁਐਸਚਨ ਬਣ ਸਕਦੇ ਨੇ, ਐਗਜ਼ਾਮੀਨਰ ਕਿਵੇਂ ਵੀ ਕੁਐਸਚਨ ਤੁਹਾਡੇ ਤੋਂ ਪੁੱਛ ਸਕਦਾ। ਸੋ ਲੈਕਚਰ ਨੂੰ ਧਿਆਨ ਨਾਲ ਸੁਣੋ, ਐਂਡ ਤੱਕ ਬਣੇ ਰਹੋ, ਕਾਫੀ ਇੰਟਰਸਟਿੰਗ ਲੈਕਚਰ ਇਹ ਰਹਿਣ ਵਾਲਾ ਹੈਗਾ। ਲੈਕਚਰ ਦੀ PDF ਤੁਸੀਂ ਸਾਡੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਜਾ ਕੇ ਲੈ ਸਕਦੇ ਹੋ, ਉਹਦਾ ਲਿੰਕ ਤੁਹਾਨੂੰ ਇਸੇ ਵੀਡੀਓ ਦੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੂਗਾ, ਜਾਂ ਤੁਸੀਂ ਸਿੱਧਾ ਟੈਲੀਗ੍ਰਾਮ ਦੇ ਉੱਪਰ ਆ ਨਾਮ ਤੋਂ ਸਰਚ ਕਰ ਸਕਦੇ ਹੋ, ਆ ਦੋਵੇਂ ਗਰੁੱਪ ਤੁਹਾਨੂੰ ਸ਼ੋਅ ਹੋ ਜਾਣਗੇ, ਤੁਸੀਂ ਜੁਆਇਨ ਕਰ ਸਕਦੇ ਹੋ। ਮੇਰੇ ਰਾਹੀਂ ਕੋਈ ਵੀ ਕੁਐਰੀ ਹੈਗੀ ਤਾਂ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ, ਠੀਕ ਹੈ। ਬਟ 9 ਤੋਂ 5 ਮੈਨੂੰ ਫੋਨ ਨਾ ਕਰਿਆ ਕਰੋ, 5 ਵਜੇ ਤੋਂ ਬਾਅਦ ਜਦ ਮਰਜ਼ੀ ਫੋਨ ਕਰ ਲਿਆ ਕਰੋ, ਕੋਈ ਚੱਕਰ ਨਹੀਂ। ਜਾਂ ਮੈਨੂੰ ਟੈਲੀਗ੍ਰਾਮ ਦੇ ਉੱਪਰ ਮੈਸੇਜ ਛੱਡ ਦਿਆ ਕਰੋ, ਮੈਸੇਜ ਦਾ ਰਿਪਲਾਈ ਮੈਂ ਆਫਿਸ ਟਾਈਮ ਦੇ ਵਿੱਚ ਵੀ ਕਰ ਸਕਦਾਗਾ। ਸੋ ਸ਼ੁਰੂ ਕਰਦੇ ਹਾਂ ਜੀ। ਅੱਛਾ, ਬੰਗਾਲ ਦੀ ਵੰਡ ਬਾਰੇ ਪੜ੍ਹਨ ਤੋਂ ਪਹਿਲਾਂ ਆਪਾਂ ਕੁਝ ਕੁ ਨਵੀਂ, ਹੁਣ ਭਾਰਤ ਦੇ ਵਿੱਚ 1900 ਤੋਂ ਬਾਅਦ ਨਾ ਇੱਕ ਨਵੇਂ ਤਰ੍ਹਾਂ ਦੇ ਟ੍ਰੈਂਡ ਚੱਲ ਪਏ ਸੀਗੇ, ਉਹ ਸੀਗੇ ਰੈਵੋਲੂਸ਼ਨਰੀ ਟ੍ਰੈਂਡ। ਹੁਣ ਤੱਕ ਤਾਂ ਸਿਰਫ ਮਾਡਰੇਟ ਐਰ ਆਪਾਂ ਪੜ੍ਹਿਆ, ਮਾਡਰੇਟ ਸੀਗੇ ਜਿਹੜੇ ਆ ਕਾਂਗਰਸ ਬਣਾਲੀ ਸੀ ਇਹਨਾਂ ਨੇ 1885 'ਚ, ਤੇ ਇਹਨਾਂ ਦਾ ਕੀ ਮੋਟਿਵ ਸੀ, ਅੰਗਰੇਜ਼ ਸਰਕਾਰ ਦੇ, ਠੀਕ ਹੈ, ਪਾਲਿਸ਼ਾਂ ਕਰੀ ਚੱਲੋ, ਕੰਮ ਆਪਦੇ ਕਢਾਈ ਚੱਲੋ, ਠੀਕ ਹੈ, ਇਹ ਕੰਮ ਸੀਗਾ। ਫਿਰ ਮਾਡਰਨ ਜਿਹੜਾ ਮਾਡਰੇਟ ਸੀਗੇ ਇਹਨਾਂ ਤੋਂ ਫਿਰ ਐਕਸਟ੍ਰੀਮਿਜ਼ਮ ਦੀ ਸ਼ੁਰੂਆਤ ਹੋ ਗਈ, ਠੀਕ ਹੈ, ਦੇਸ਼ ਦੀ ਆਜ਼ਾਦੀ ਹੀ ਮੇਨ ਮੁੱਦਾ ਬਣ ਗਿਆ। ਫਿਰ ਐਕਸਟ੍ਰੀਮਿਜ਼ਮ ਦੇ ਨਾਲ ਹੀ ਇੱਕ ਹੋਰ ਟਾਈਪ ਦਾ ਜਿਹੜਾ ਜਨੂਨ ਸੀਗਾ ਉਹ ਉੱਭਰਨਾ ਸ਼ੁਰੂ ਹੋ ਗਿਆ, ਉਹ ਸੀਗਾ ਰੈਵੋਲੂਸ਼ਨਰੀ ਟ੍ਰੈਂਡ। ਰੈਵੋਲੂਸ਼ਨਰੀ ਦੇ ਵਿੱਚ ਤਾਂ ਬਸ ਦਿਮਾਗ ਦੇ ਵਿੱਚ ਤੁਸੀਂ ਕਹਿ ਲਓ ਇੱਕ ਹੀ ਗੱਲ ਫਿੱਟ ਹੁੰਦੀ ਸੀ, ਦੇਸ਼ ਆਜ਼ਾਦ ਕਰਾਉਣਾ, ਸਿੱਧੇ ਤਰੀਕੇ ਚਾਹੇ ਪੁੱਠੇ ਤਰੀਕੇ ਇਹਦੇ ਵਿੱਚ, ਠੀਕ ਹੈ, ਰੈਵੋਲੂਸ਼ਨਰੀ ਐਕਟੀਵਿਟੀਜ਼ ਨੂੰ ਅੰਜਾਮ ਦੇਣਾ, ਕਿਤੇ ਬੰਬ ਸੁੱਟਤਾ, ਕਿਸੇ ਨੇ ਫਾਇਰ ਕੱਢਤਾ, ਇਹ ਹੁੰਦੀ ਸੀ ਰੈਵੋਲੂਸ਼ਨਰੀ ਐਕਟੀਵਿਟੀਜ਼। ਸੋ ਇਹ 1900 ਤੋਂ 1947 ਤੱਕ ਦਾ ਇਹ ਉਹ ਦੌਰ ਸੀ ਜਿਹਦੇ ਵਿੱਚ ਆਪਾਂ ਨੂੰ ਬਹੁਤ ਸਾਰੀਆਂ ਰੈਵੋਲੂਸ਼ਨਰੀ ਐਕਟੀਵਿਟੀਜ਼ ਦੇਖਣ ਨੂੰ ਮਿਲੀਆਂ ਭਾਰਤ ਦੇ ਵਿੱਚ, ਤੇ ਲਾਰਡ ਕਰਜ਼ਨ ਸਾਹਿਬ ਦੇ ਵਿੱਚ ਵੇਲੇ 2 ਰੈਵੋਲੂਸ਼ਨਰੀ ਆਰਗੇਨਾਈਜੇਸ਼ਨ ਦੀ ਸਥਾਪਨਾ ਹੋਈ ਸੀ, ਉਹਨਾਂ ਬਾਰੇ ਪੜ੍ਹਨਾ ਜ਼ਰੂਰੀ ਹੈਗਾ। ਸਭ ਤੋਂ ਪਹਿਲੀ ਸੀਗੀ ਅਨੁਸ਼ੀਲਨ ਸਮਿਤੀ ਤੇ ਦੂਸਰੀ ਸੀਗੀ ਅਭਿਨਵ ਭਾਰਤ ਸੁਸਾਇਟੀ। ਇਹਨਾਂ ਬਾਰੇ ਪੜ੍ਹਦੇ ਆਪਾਂ ਕੀ ਸੀ ਇਹ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਅਨੁਸ਼ੀਲਨ ਸਮਿਤੀ ਦੀ। ਤਾਂ ਦੇਖੋ ਇਹ ਬੰਗਾਲ 'ਚ ਬਣੀ ਹੋਈ ਸੀਗੀ ਇਹ ਅਨੁਸ਼ੀਲਨ ਸਮਿਤੀ, ਇਹਨੂੰ ਬੰਗਾਲੀ ਇੰਡੀਅਨ ਆਰਗੇਨਾਈਜੇਸ਼ਨ ਸੀ ਬੇਸਿਕਲੀ ਇਹ ਇੱਕ, ਤੇ ਇਹ 1902 ਦੇ ਵਿੱਚ ਬਣਾਈ ਗਈ ਸੀ। ਇਹਦੇ ਦੁਆਰਾ ਉਹ ਜਿਹੜੇ ਬੰਗਾਲ ਦੇ ਵਿੱਚ ਲੋਕਲ ਜਿਹੜਾ ਯੂਥ ਸੀਗਾ, ਨੌਜਵਾਨ ਪਹਿਲੀ ਬੇਰੁਜ਼ਗਾਰ ਜਵਾਨੀ ਬੰਗਾਲ ਦੀ, ਤੇ ਜ਼ਿਆਦਾਤਰ ਭਲਵਾਨ ਹੁੰਦੇ ਸੀਗੇ ਅਖਾੜੇ ਦੇ ਵਿੱਚ, ਠੀਕ ਹੈ, ਉਹ ਕਰਦ ਘੋਲ ਵਗੈਰਾ ਕਰਦੇ ਹੁੰਦੇ ਸੀਗੇ, ਉਹਨਾਂ ਨੇ ਰਲ ਮਿਲ ਕੇ ਇਹ ਸੰਸਥਾ ਬਣਾਲੀ। ਮੇਨਲੀ ਇਹ ਇੱਕ ਰੈਵੋਲੂਸ਼ਨਰੀ ਆਰਗੇਨਾਈਜੇਸ਼ਨ ਸੀ, ਇਹਦੇ 2 ਆਰਮ ਸੀ, 2 ਧੜੇ ਸੀਗੇ ਇਹਦੇ, ਈਸਟਰਨ ਤੇ ਵੈਸਟਰਨ ਬੰਗਾਲ ਦੇ ਵਿੱਚ। ਹੁਣ ਬੰਗਾਲ ਤਾਂ ਬਹੁਤ ਵੱਡਾ, ਅੱਗੇ ਆਪਾਂ ਮੈਪ 'ਚ ਵੀ ਦਿਖਾਉਂਗਾ, ਉਸ ਵੇਲੇ ਜਿਹੜਾ ਬੰਗਾਲ ਸੀ ਉਹਦੇ ਵਿੱਚ ਅੱਜ ਦਾ ਬਿਹਾਰ ਵੀ ਆਉਂਦਾ, ਉੜੀਸਾ ਵੀ ਆਉਂਦਾ, ਉੱਧਰੋਂ ਬੰਗਲਾਦੇਸ਼ ਵੀ ਬੰਗਾਲ 'ਚ ਹੀ, ਬੰਗਾਲ ਦਾ ਹਿੱਸਾ ਹੁੰਦਾ ਸੀਗਾ ਉਸ ਵੇਲੇ, ਉਸ ਤੋਂ ਇਲਾਵਾ ਅਸਾਮ ਵੀ ਬੰਗਾਲ ਦਾ ਹਿੱਸਾ ਸੀ। ਸੋ ਬੰਗਾਲ ਬਹੁਤ ਵੱਡਾ ਸੀ। ਜਿਹੜੀ ਇਹ ਆਰਗੇਨਾਈਜੇਸ਼ਨ ਸੀ ਇਹਦੇ 2 ਵਿੰਗ ਹੁੰਦੇ ਸੀ, ਇੱਕ ਤਾਂ ਹੁੰਦਾ ਸੀਗਾ ਈਸਟਰਨ ਬੰਗਾਲ 'ਚ ਤੇ ਇੱਕ ਹੁੰਦਾ ਸੀ ਵੈਸਟਰਨ ਬੰਗਾਲ ਦੇ ਵਿੱਚ। ਸੋ ਜਿਹੜੀ ਇੱਕ ਤਾਂ ਹੁੰਦੀ ਸੀਗੀ ਜਿਹੜੀ ਇੱਧਰ ਈਸਟਰਨ ਬੰਗਾਲ ਵਾਲੇ ਪਾਸੇ, ਉਹ ਤਾਂ ਸੀਗੀ ਢਾਕਾ ਅਨੁਸ਼ਰਣ ਸਮਿਤੀ, ਯਾਨੀ ਕਿ ਬੰਗਲਾਦੇਸ਼ ਦੀ ਜਿਹੜੀ ਕੈਪੀਟਲ ਹੈਗੀ ਢਾਕਾ, ਉੱਥੇ ਇਹ ਧੜਾ ਹੁੰਦਾ ਸੀਗਾ, ਇਹਦਾ ਹੈੱਡਕੁਆਰਟਰ ਸੀਗਾ ਢਾਕਾ ਵਿਖੇ। ਤੇ ਦੂਸਰਾ ਸੀਗਾ ਜੁਗਾਂਤਰ ਗਰੁੱਪ, ਇਹ ਵੀ 1906 ਦੇ ਰਾਊਂਡ ਬਣਿਆ ਸੀ, ਠੀਕ ਹੈ, ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ, ਤੇ ਇਹ ਕਲਕੱਤਾ ਵਿਖੇ ਬਣਿਆ ਸੀ। ਸੋ ਜਿਹੜੀ ਇਹ ਅਨੁਸ਼ੀਲਨ ਸਮਿਤੀ ਮੇਨ ਸੀਗੀ, ਇਹਦਾ ਫਾਊਂਡਰ ਕੌਣ ਸੀ, ਇਹ ਸੀਗਾ ਪ੍ਰਮਥ ਨਾਥ ਮਿੱਤਰਾ, ਇਹ ਕਲਕੱਤੇ ਦਾ ਇੱਕ ਬੈਰਿਸਟਰ ਸੀਗਾ, ਵਕੀਲ ਸੀਗਾ। ਸੋ ਆਹ ਖੱਬੇ ਪਾਸੇ ਤੁਸੀਂ ਦੇਖ ਰਹੇ ਹੋ ਜੀ, ਇਹ ਨੇ ਜੀ ਪ੍ਰਥਮ ਨਾਥ ਮਿੱਤਰਾ ਸਾਹਿਬ, ਤੇ ਇਹਨਾਂ ਦੇ ਜਿਹੜੇ ਸੱਜੇ ਪਾਸੇ ਜਿਹੜੇ ਬੰਦੇ ਖੜੇ ਨੇ ਇਹ ਇਹਨਾਂ ਦੇ ਸਾਥੀ ਨੇਗੇ ਜੋ ਕਿ ਇਸ ਆਰਗੇਨਾਈਜੇਸ਼ਨ ਦੇ ਨਾਲ ਜੁੜੇ ਹੋਏ ਨੇ, ਠੀਕ ਹੈ, ਲਿਸ਼ਕ ਮੁਸ਼ਕ ਕੇ ਬਹਿ ਗਏ ਇਹ ਬੰਦੇ, ਸਿਰ ਦੇ ਤੁਸੀਂ ਕਹਿ ਲਓ ਬੰਦੇ ਆਜ਼ਾਦੀ ਦੇ ਪੂਰਾ ਜਨੂਨ ਸੀ ਇਹਨਾਂ ਦੇ ਵਿੱਚ, ਬਟ ਹੈਗੇ ਬੈਲੀ ਟੱਚ ਬੰਦੇ ਸੀਗੇ। ਸੋ ਇਹ ਜਿਹੜੇ ਸਾਥੀ ਸੀਗੇ ਜਿਹੜੇ ਕਿ ਇਸ ਸੰਸਥਾ ਦੇ ਨਾਲ ਜੁੜੇ ਹੋਏ ਸੀ, ਇਹਨਾਂ ਦੇ ਨਾਮ ਪੜ੍ਹਨੇ ਵੀ ਬਹੁਤ ਜ਼ਰੂਰੀ ਨੇ ਪੇਪਰ ਪੁਆਇੰਟ ਆਫ ਵਿਊ ਦੇ ਲਈ, ਕਿਉਂਕਿ ਇਹ ਪੁੱਛੇ ਜਾਂਦੇ ਨੇ। ਸਭ ਤੋਂ ਪਹਿਲਾਂ ਇਹ ਬੰਦੇ ਸੀ ਜਿਨ੍ਹਾਂ ਦੀ ਫੋਟੋ ਤੁਹਾਨੂੰ ਮੈਂ ਪਿੱਛੇ ਦਿਖਾਈ ਹੈ, ਇਹ ਸੀਗੇ ਅਰਬਿੰਦੋ ਘੋਸ਼। ਸਭ ਤੋਂ ਪਹਿਲਾਂ ਸੀਗੇ ਅਰਬਿੰਦੋ ਘੋਸ਼, ਠੀਕ ਹੈ, ਇਹਨਾਂ ਦਾ ਇੱਕ ਬਹੁਤ ਫੇਮਸ ਨੋਵਲ ਸੀਗਾ, ਕਿਹੜਾ ਸੀ ਨਾਮ ਭੁੱਲ ਗਿਆ, ਮਹਾ ਨਿਊ ਲੈਂਪ ਫੋਰ ਓਲਡ ਪੇਪਰ 'ਚ ਪੁੱਛਿਆ ਜਾਂਦਾ, ਅਰਬਿੰਦੋ ਘੋਸ਼ ਸਾਹਿਬ ਦੀ ਉਹ ਰਚਨਾ ਸੀ। ਫਿਰ ਆ ਗਏ ਜੀ ਦੇਸ਼ ਬੰਧੂ CR ਦਾਸ, ਇਹਨਾਂ ਨੂੰ ਤਾਂ ਤੁਸੀਂ ਜਾਣਦੇ ਹੋਗੇ ਦੇਸ਼ ਦੀ ਆਜ਼ਾਦੀ 'ਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ। ਫਿਰ ਆ ਗਏ ਜੀ ਸੁਰਿੰਦਰ ਨਾਥ ਟੈਗੋਰ, ਫਿਰ ਜਤਿੰਦਰ ਨਾਥ ਬੈਨਰਜੀ, ਫਿਰ ਆ ਗਏ ਜੀ ਬਾਘਾ ਜਤਿਨ, ਫਿਰ ਆ ਗਿਆ ਭੁਪਿੰਦਰ ਨਾਥ ਦੱਤਾ,
ਫਰੀਡਮ ਫਾਈਟਰ ਦੇ ਨਾਮ ਦੇ ਦੂਗਾ ਐਗਜ਼ਾਮਿਨਰ, ਤੇ ਇਹ ਕਹੂਗਾ ਇਹਨਾਂ ਚੋਂ ਰੈਵੋਲਿਊਸ਼ਨਰੀ ਸੀਗੇ ਜਿਹੜੇ ਉਹਨਾਂ ਨੂੰ ਆਈਡੈਂਟੀਫਾਈ ਕਰੋ, ਇਹਨਾਂ ਚੋਂ ਜਿਹੜੇ ਮੋਡਰੇਟ ਸੀਗੇ ਨਰਮ ਦਲੀਏ ਉਹਨਾਂ ਨੂੰ ਆਈਡੈਂਟੀਫਾਈ ਕਰੋ, ਇਹਨਾਂ ਚੋਂ ਐਕਸਟ੍ਰੀਮਿਸਟ ਕਿਹੜੇ ਸੀਗੇ ਉਹਨਾਂ ਨੂੰ ਆਈਡੈਂਟੀਫਾਈ ਕਰੋ। ਸੋ ਤਾਂ ਕਰਕੇ ਇਹਨਾਂ ਦੇ ਨਾਮ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ। ਸੋ ਅੱਜ ਇਹਨਾਂ ਦੇ ਨਾਮ ਹੁਣ ਬੋਲਣੇ, ਮੈਂ ਤੁਹਾਨੂੰ ਇਹਨਾਂ ਦੀ ਫੋਟੋ ਆਹ ਦਿੱਤੇ ਹੋਏ ਨੇ, ਤੇ ਹੈਰਾਨੀ ਵਾਲੀ ਗੱਲ ਦੇਖੋ ਆਇਰਨੀ, ਇਹਨਾਂ ਚੋਂ ਜਿਹੜਾ ਭੁਪਿੰਦਰ ਨਾਥ ਦਿੱਤਾ ਸੀ ਨਾ, ਇਹ ਸਵਾਮੀ ਵਿਵੇਕਾਨੰਦ ਦਾ ਭਾਈ ਸੀਗਾ। ਸਵਾਮੀ ਵਿਵੇਕਾਨੰਦ ਤਾਂ ਸਾਧ ਬੰਦਾ ਸੀਗਾ, ਭਾਈ ਵੱਡਾ ਭਾਈ ਸਾਧ, ਛੋਟਾ ਭਾਈ ਬੈਲੀ, ਠੀਕ ਹੈ, ਜਮੀ ਓਪੋਜਿਟ ਨੇਚਰ ਦੇ ਸੀਗੇ ਬੰਦੇ। ਭੁਪਿੰਦਰ ਨਾਥ ਦਿੱਤਾ ਇਸ ਸੁਸਾਇਟੀ ਨਾਲ ਜੁੜਿਆ ਹੋਇਆ ਸੀਗਾ, ਸੋ ਦੋਵੇਂ ਭਾਈਆਂ ਦਾ ਬਿਲਕੁਲ ਓਪੋਜਿਟ ਨੇਚਰ ਸੀਗਾ। ਉਸ ਤੋਂ ਇਲਾਵਾ ਜਿਹੜੇ ਵਰਿੰਦਰ ਕੁਮਾਰ ਗੋਸ ਸੀਗੇ, ਉਹ ਇਨ ਦਾ ਮੀਨ ਟਾਈਮ ਪੈਰਿਸ ਫਰਾਂਸ ਚਲੇ ਗਏ, ਇਹ ਕਹਿੰਦੇ ਬੰਬ ਬਣਾਉਣਾ ਸਿੱਖਣਾ ਤਾਂ ਕਿ ਇੱਧਰ ਆਪਾਂ ਅੰਗਰੇਜ਼ਾਂ ਦੇ ਬੰਬ ਸਿੱਟਿਆ ਕਰਾਂਗੇ। ਤੇ ਇੱਥੇ ਪੈਰਿਸ ਵਿਖੇ ਹੀ ਇਹ ਇੱਕ ਲੇਡੀ ਦੇ ਟੱਚ ਵਿੱਚ ਹੈ, ਉਹਦਾ ਨਾਮ ਸੀਗਾ ਮੈਡਮ ਬਿਕਾ ਜੀ ਕਾਮਾ, ਇਹ ਬਿਕਾ ਜੀ ਕਾਮਾ, ਠੀਕ ਹੈ, ਇਹ ਵੀ ਆਪਣੇ ਫਰੀਡਮ ਸਟਰਗਲ ਦੇ ਨਾਲ ਜੁੜੇ ਹੋਏ ਸੀ। ਪਹਿਲੀ ਵਾਰ 1906 ਦੇ ਰਾਊਂਡ ਜਰਮਨੀ ਦਾ ਸਟਟਗਾਰਡ ਸੀ, ਉੱਥੇ ਇਹਨਾਂ ਨੇ ਆਪਣਾ ਜਿਹੜਾ ਪਹਿਲਾ ਟ੍ਰਾਈ ਕਲਰ ਫਲੈਗ ਸੀ ਉਹ ਫਲਰ ਕੀਤਾ ਸੀ ਮੈਡਮ ਬਿਕਾ ਜੀ ਕਾਮਾ ਨੇ। ਇਹ ਪੇਪਰ 'ਚ ਕੁਸ਼ਚਨ ਆਉਂਦਾ, ਇਹ ਆਪਦੇ ਨੋਟਸ ਦੇ ਵਿੱਚ ਚੀਜ਼ ਐਡ ਕਰ ਲਿਓ, ਠੀਕ ਹੈ। ਸੋ ਉਸ ਤੋਂ ਇਲਾਵਾ ਇਹਨਾਂ ਦਾ ਘਰ ਦਾ ਖੁਦ ਦਾ ਅਖਬਾਰ ਹੁੰਦਾ ਸੀਗਾ, ਜੁਗਾਂਤਰ ਉਹਦਾ ਨਾਮ ਸੀਗਾ, ਠੀਕ ਹੈ। ਇਹ ਅਖਬਾਰ ਦੇ ਵਿੱਚ ਸਿੱਧਾ ਹੀ ਇਹ ਬਸ ਤੁਸੀਂ ਕਹਿ ਲਓ ਜਿਹੜੀਆਂ ਰੈਬੈਲੀਅਨ ਐਕਟੀਵਿਟੀਜ਼ ਹੁੰਦੀਆਂ ਸੀਗਾ ਉਹਨਾਂ ਦੇ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਸੀਗਾ, ਤਾਂ ਕਿ ਇਹਨਾਂ ਐਕਟੀਵਿਟੀਜ਼ ਦੇ ਜ਼ਰੀਏ ਹੀ ਅੰਗਰੇਜ਼ਾਂ ਨੂੰ ਦੇਸ਼ ਦੇ ਵਿੱਚ ਭਜਾਇਆ ਜਾ ਸਕਦਾ ਹੈਗਾ, ਇਹ ਇਹਨਾਂ ਦੀ ਵਿਚਾਰਧਾਰਾ ਸੀਗੀ, ਠੀਕ ਹੈ। ਸੋ ਇਹ ਉਹਦਾ ਅਖਬਾਰ ਦਾ ਇੱਕ, ਠੀਕ ਹੈ, ਆਰਟੀਕਲ ਲਾ ਲਓ, ਠੀਕ ਹੈ, ਫਰੰਟ ਪੇਜ ਲਾ ਲਓ, ਉਸ ਵੇਲੇ ਜਿਹੜਾ ਕਿ ਇਸ ਆਰਗਨਾਈਜੇਸ਼ਨ ਦੁਆਰਾ ਛਾਪਿਆ ਜਾਂਦਾ ਸੀ। ਦੂਸਰੀ ਆ ਗਈ ਭਾਈ ਅਭਿਨਵ ਭਾਰਤ ਸੁਸਾਇਟੀ, ਇਹਨੂੰ ਯੰਗ ਇੰਡੀਆ ਸੁਸਾਇਟੀ ਨਾਮ ਦੇ ਨਾਮ ਨਾਲ ਵੀ ਜਾਣਿਆ ਜਾਂਦਾ, ਤੇ ਇਹਨੂੰ ਅਸਟੈਬਲਿਸ਼ ਕੀਤਾ ਗਿਆ ਸੀ ਦੋ ਭਾਈਆਂ ਦੁਆਰਾ, ਕਿਹੜੇ, ਇੱਕ ਤਾਂ ਸੀਗਾ ਵਿਨਾਇਕ ਦਮੋਦਰ ਸਾਵਰਕਰ, ਦੂਸਰਾ ਸੀਗਾ ਗਣੇਸ਼ ਦਮੋਦਰ ਸਾਵਰਕਰ, ਵੀਡੀ ਸਾਵਰਕਰ ਸਾਹਿਬ ਇਹਨਾਂ ਨੂੰ ਤੁਸੀਂ ਜਾਣ ਦਿਓਗੇ, ਠੀਕ ਹੈ। ਬੜਾ ਹੀ ਅੱਗੇ ਵੀ ਇਹਨਾਂ ਦਾ ਰੋਲ ਹੁਣ ਆਪਾਂ ਪੜ੍ਹਾਂਗੇ ਵੀਡੀ ਸਾਵਰਕਰ ਸਾਹਿਬ ਬਾਰੇ ਵੀ। 1904 ਦੇ ਵਿੱਚ ਇਸ ਸੁਸਾਇਟੀ ਦੀ ਸਥਾਪਨਾ ਕੀਤੀ ਗਈ ਸੀ, ਕਿੱਥੇ, ਨਾਸ਼ਿਕ ਮੁੰਬਈ ਵਿਖੇ। ਸੋ ਜਿਹੜੀ ਅਨੁਸ਼ਰਣ ਸਮਿਤੀ ਸੀਗੀ, ਧਿਆਨ ਦੇ ਨਾਲ ਸੁਣੋ, ਅਨੁਸ਼ਰਣ ਸਮਿਤੀ ਸੀਗੀ ਉਹ ਤਾਂ ਬੰਗਾਲ 'ਚ ਬਣੀ ਸੀ, ਅਭਿਨਵ ਭਾਰਤ ਸੁਸਾਇਟੀ ਇਹ ਇੱਧਰ ਮਹਾਰਾਸ਼ਟਰ ਮੁੰਬਈ ਇਹ ਏਰੀਆ 'ਚ ਬਣਾਈ ਗਈ ਸੀ। ਸੋ ਇੱਧਰ ਸੱਜੇ ਪਾਸੇ ਨੇ ਜਿਹੜੇ ਇਹ ਬੀ ਡੀ ਸਾਵਰਕਰ ਸਾਹਿਬ ਨੇ, ਇੱਧਰ ਇਹਨਾਂ ਦੇ ਭਾਈ ਨੇਗੇ ਗਣੇਸ਼ ਸਾਵਰਕਰ ਸਾਹਿਬ। ਸੋ ਓਰੀਜਨਲੀ ਇਹ ਬੇਸਿਕਲੀ ਨਾਸ਼ਿਕ ਵਿਖੇ ਫਾਊਂਡ ਕੀਤੀ ਗਈ ਸੀ, ਉਦੋਂ ਇਹਨੂੰ ਮਿੱਤਰ ਮੇਲਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ। 1899 ਦੇ ਵਿੱਚ ਬੀ ਡੀ ਸਾਵਰਕਰ ਸਾਹਿਬ ਕਾਲਜ ਜੇਟ ਮੁੰਡੇ ਹੁੰਦੇ ਸੀ, ਉੱਥੇ ਚਾਰ ਕੁ ਲਗਾੜੇ ਇਕੱਠੇ ਕਰਕੇ ਇਹਨਾਂ ਨੇ ਇਹ ਸੁਸਾਇਟੀ ਬਣਾ ਲਈ, ਤੇ ਇੱਥੇ ਇਹ ਬੈਠੇ ਪਲੈਨਿੰਗਾਂ ਕਰੀ ਜਾਂਦੇ ਵੀ ਕਿਵੇਂ ਅੰਗਰੇਜ਼ਾਂ ਦੇ ਆਪਾਂ ਸੀਪ ਲਾਈਏ। ਸੋ ਫਰਗੂਸਨ ਕਾਲਜ ਦੇ ਵਿੱਚ ਉਦੋਂ ਇਹ ਪੁਣੇ ਵਿਖੇ ਕਾਲਜ ਹੁੰਦਾ ਸੀਗਾ, ਉੱਥੇ ਸਾਵਰਕਰ ਸਾਹਿਬ ਪੜ੍ਹਦੇ ਹੁੰਦੇ ਸੀਗੇ। ਸੋ ਫਿਰ ਟਾਈਮ ਲੱਗਦਾ ਗਿਆ, 1899 ਤੋਂ ਬਾਅਦ ਇਹਨਾਂ ਦੇ ਨਾਲ ਬਹੁਤ, ਤੁਸੀਂ ਕਹਿ ਲਓ ਸੌਆਂ ਦੀ ਗਿਣਤੀ 'ਚ ਪਹਿਲਾਂ ਬੰਦੇ ਜੁੜੇ, ਫਿਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹਨਾਂ ਦੇ ਨਾਲ ਬੰਦੇ ਜੁੜੇ, ਤੇ ਇਹਨਾਂ ਦੀਆਂ ਸਾਰੇ ਭਾਰਤ ਦੇ ਵਿੱਚ ਵੇਰੀਅਸ ਬ੍ਰਾਂਚਿਸ ਬਣਾਈਆਂ ਗਈਆਂ ਇਹਨਾਂ ਦੁਆਰਾ, ਇਕੱਲੇ ਭਾਰਤ 'ਚ ਨਹੀਂ ਭਾਰਤ ਤੋਂ ਬਾਹਰ ਲੰਡਨ ਵਿਖੇ ਵੀ ਇਹਨਾਂ ਨੇ ਆਪਦੀ ਬ੍ਰਾਂਚਿਸ ਸਟੈਬਲਿਸ਼ ਕਰਤੀਆਂ। ਕਿਉਂ? ਕਿਉਂਕਿ ਸਾਵਰਕਰ ਸਾਹਿਬ ਲਾਅ ਦੀ ਪੜ੍ਹਾਈ ਕਰਨ ਗਏ ਸੀਗੇ ਲੰਡਨ ਵਿਖੇ, ਉੱਥੇ ਵੀ ਇਹਨਾਂ ਨੇ ਚਾਰ ਮੁੰਡੇ ਗੁਰਦੇਤਾ ਉਹਨਾਂ ਨੂੰ ਤੇ ਬੈਲੀ ਬਣਾਤੀ। ਸੋ ਅੱਗੇ ਗੱਲ ਕਰਦੇ ਆਪਾਂ, ਤੇ ਇਹਨਾਂ ਨੇ ਕੁਝ ਅਸੈਸੀਨੇਸ਼ਨ ਨੂੰ ਵੀ ਅੰਜਾਮ ਦਿੱਤਾ, ਕਈ ਬ੍ਰਿਟਿਸ਼ ਅਫੀਸ਼ਲ ਨੂੰ ਮਾਰਨ ਪਿੱਛੇ ਇਹਨਾਂ ਦੇ ਉੱਪਰ ਦੋਸ਼ ਲੱਗੇ, ਤੇ ਸਭ ਤੋਂ ਇੱਕ ਫੇਮਸ ਕੌਨਸਪੀਰੇਸੀ ਹੋਈ ਸੀ ਆਪਾਂ ਆਉਣ ਵਾਲੇ ਇੱਕ ਦੋ ਲੈਕਚਰ ਦੇ ਵਿੱਚ ਉਹਦੇ ਬਾਰੇ ਪੜ੍ਹਨਾ ਹੈ, ਉਹ ਸੀਗੀ ਨਾਸਿਕ ਕੌਨਸਪੀਰੇਸੀ, ਜੋ ਕਿ 1909 ਦੇ ਵਿੱਚ ਰਚੀ ਗਈ ਸੀ। ਉਹਦੇ ਵਿੱਚ ਵੀ ਸਾਵਰਕਰ ਸਾਹਿਬ ਹੋਰਾਂ ਦਾ ਯੋਗਦਾਨ ਸੀਗਾ, ਤੇ ਇਹਨਾਂ ਨੂੰ ਅਰੈਸਟ ਵੀ ਕੀਤਾ ਗਿਆ ਸੀ ਦੋਵੇਂ ਭਾਈਆਂ ਨੂੰ ਇਸ ਕੌਨਸਪੀਰੇਸੀ ਦੇ ਚੱਕਰ ਦੇ ਵਿੱਚ। ਤੇ ਅੱਗੇ ਗੱਲ ਕਰਦੇ ਹਾਂ, ਤੇ ਫਾਈਨਲੀ 1952 ਦੇ ਰਾਊਂਡ ਇਸ ਸੁਸਾਇਟੀ ਨੂੰ ਡਿਸਪੈਂਡਡ ਕਰ ਦਿੱਤਾ ਗਿਆ ਸੀ। ਇਹ ਵੀ ਇੱਕ ਤਰ੍ਹਾਂ ਦੀ ਰੈਵੋਲੂਸ਼ਨਰੀ ਆਰਗਨਾਈਜੇਸ਼ਨ। ਹੁਣ ਆਪਾਂ ਗੱਲ ਕਰਦੇ ਹਾਂ ਕਰਜ਼ਨ ਸਾਹਿਬ ਦੀ, ਤੇ ਇਹਨਾਂ ਨੇ ਜਿਹੜੀ ਬੰਗਾਲ ਦੀ ਵੰਡ ਕੀਤੀ ਸੀ ਉਹ ਕਿਉਂ ਕੀਤੀ, ਕੀ ਕਾਰਨ ਸੀ, ਕਿਹੜੀ ਚੀਜ਼ ਨੂੰ ਇਹ ਰੋਕਣਾ ਚਾਹੁੰਦੇ ਸੀਗੇ, ਉਹਦੇ ਪਿੱਛੇ ਕੀ ਕਾਰਨ ਸੀ, ਬੰਗਾਲ ਦੀ ਵੰਡ ਕੀ ਉਹਦਾ ਵਿਰੋਧ ਹੋਇਆ, ਕਦ ਹੋਇਆ, ਉਹ ਸਾਰਾ ਕੁਝ ਆਪਾਂ ਹੁਣ ਪੜ੍ਹਨ ਜਾ ਰਹੇ ਹਾਂ। ਸੋ ਕਰਜ਼ਨ ਸਾਹਿਬ ਜਿਹਦੇ ਬਾਰੇ ਆਪਾਂ ਪਿੱਛੇ ਲੈਕਚਰ 'ਚ ਪੜ੍ਹਿਆ, ਕਾਫੀ ਕੁਝ ਦਿੱਤਾ ਇਹਨਾਂ ਨੇ ਭਾਰਤ ਨੂੰ, ਠੀਕ ਹੈ, ਕਨਾਲ ਕੰਸਟਰਕਟ ਕਰਵਾਏ ਇਹਨਾਂ ਨੇ, ਇਰੀਗੇਸ਼ਨ ਕਮਿਸ਼ਨ ਲਿਆਂਦਾ ਲੋਕਾਂ ਤੱਕ ਰਲੀਫ ਪ੍ਰੋਪਰ ਪਹੁੰਚ ਸਕੇ, ਰੇਲ ਦੀਆਂ ਲੀਹਾਂ ਦੀ ਇਹਨਾਂ ਨੇ ਬਹੁਤ ਜ਼ਿਆਦਾ ਕੰਸਟਰਕਸ਼ਨ ਕਰਵਾਈ, ਠੀਕ ਹੈ, ਬਹੁਤ ਕੁਛ ਰਿਫੋਰਮਸ ਪੜ੍ਹੇ ਸੀ ਆਪਾਂ ਕਰਜ਼ਨ ਸਾਹਿਬ ਦੇ ਵੇਲੇ, ਕਾਫੀ ਪਾਪੂਲਰ ਇਹ ਵਾਇਸ ਰਹੇ ਸੀਗੇ ਭਾਰਤ ਦੇ। ਬਟ ਤੁਸੀਂ ਕਹਿ ਲਓ ਸਾਰੀ ਪਾਪੂਲੈਰਿਟੀ ਇਹਨਾਂ ਨੇ ਇੱਕ ਮਿੰਟ 'ਚ ਗਵਾਲੀ ਇੱਕ ਚੀਜ਼ ਕਰਕੇ, ਉਹ ਕਿਹੜੀ ਚੀਜ਼ ਸੀ, ਉਹ ਸੀਗੀ ਬੰਗਾਲ ਦੀ ਵੰਡ। ਸੋ ਤਾਂ ਕਰਕੇ ਕਰਜ਼ਨ ਨੂੰ ਕਿਹਾ ਜਾਂਦਾ ਹੈ ਹੀ ਵਾਜ ਅਨਪਾਪੂਲਰ ਡਿਸਪਾਈਟ ਸਮ ਵੈਰੀ ਪਾਪੂਲਰ ਵਰਕਸ, ਇੰਨੇ ਪਾਪੂਲਰ ਕੰਮ ਕਰਕੇ ਵੀ ਇਹਨੇ ਸਾਰੇ ਕੰਮ ਕੀਤਾ ਕਰਾਇਆ, ਖੇਚ ਪਾਲਿਆ ਬੰਗਾਲ ਦੀ ਵੰਡ ਕਰਕੇ, ਉਹ ਕਿਵੇਂ ਆਪਾਂ ਹੁਣ ਪੜ੍ਹਦੇ ਹਾਂ। ਸੋ ਦੇਖੋ ਪਹਿਲੀ ਗੱਲ, ਕਰਜ਼ਨ ਨੇ ਖੇਪ ਹੋਣਾ ਇਹਦੀ ਕੋਈ ਇੱਛਾ ਥੋੜ੍ਹੀ ਸੀਗੀ, ਤੇ ਇਹਨੂੰ ਵੀ ਦਿਮਾਗ 'ਚ ਆ ਸਕਦਾ ਸੀਗਾ ਵੀ ਭਾਈ ਇਹ ਜੇ ਮੈਂ ਬੰਗਾਲ ਦੀ ਵੰਡ ਕਰ ਦੂੰਗਾ ਤਾਂ ਇਹਦਾ ਨਤੀਜਾ ਮੇਰੇ 'ਤੇ ਪੁੱਠਾ ਵੀ ਹੋ ਸਕਦਾ, ਫਿਰ ਸੋਚਣ ਵਾਲੀ ਗੱਲ ਹੈ ਆਪਣੇ ਵਾਸਤੇ ਵੀ ਇਹੋ ਜਿਹਾ ਕੀ ਕਾਰਨ ਹੋ ਸਕਦਾ ਜਿਹਦੇ ਕਰਕੇ ਕਰਜ਼ਨ ਸਾਹਿਬ ਬੰਗਾਲ ਦੀ ਵੰਡ ਕਰਨਾ ਚਾਹੁੰਦੇ ਸੀਗੇ। ਸੋ ਉਹ ਕਾਰਨ ਆਪਾਂ ਹੁਣ ਪੜ੍ਹਨ ਜਾ ਰਹੇ ਹਾਂ, ਉਹ ਸੀਗਾ ਜੀ ਨੈਸ਼ਨਲਿਜ਼ਮ ਸੀਗਾ ਜਿਹੜਾ, ਉਹ ਰੋਕਣਾ ਚਾਹੁੰਦੇ ਸੀਗੇ ਕਰਜ਼ਨ ਸਾਹਿਬ। ਕਿਉਂ? ਕਿਉਂਕਿ
ਉਦੋਂ ਭਾਰਤ ਦੇ ਵਿੱਚ ਛੋਟੇ ਮੋਟੇ ਹੋਰ ਬਥੇਰੇ ਧੜੇ ਇਹੋ ਜਿਹੇ ਬਣ ਗਏ ਸੀ ਜਿਹੜੇ ਕਿ ਰੈਵੋਲਿਊਸ਼ਨਰੀ ਐਕਟੀਵਿਟੀਜ਼ ਨੂੰ ਜਾਣ ਦੇਣ ਲੱਗ ਗਏ ਸੀ। ਉਸ ਤੋਂ ਇਲਾਵਾ ਨੈਸ਼ਨਲਿਜ਼ਮ ਵੀ ਜ਼ੋਰ ਫੜਨ ਲੱਗ ਗਿਆ ਸੀਗਾ, ਜਿਹੜੇ ਲੋਕ ਪਹਿਲਾਂ ਅੰਗਰੇਜ਼ਾਂ ਤੋਂ ਦੱਬ ਕੇ ਕੰਮ ਕਰਦੇ ਹੁੰਦੇ ਸੀ ਉਹਨੂੰ ਸਿੱਧੇ ਸਵਾਲ ਚੱਕਣ ਲੱਗ ਗਏ, ਸਿੱਧੇ ਦੇਸ਼ ਆਜ਼ਾਦ ਕਰੋ ਦੀ ਗੱਲਾਂ ਕਰਨ ਲੱਗ ਗਏ। ਸੋ ਇਹ ਮੋਟਿਵ ਸੀਗਾ ਕਰਜ਼ਨ ਦਾ ਕਿ ਨੈਸ਼ਨਲਿਜ਼ਮ ਨੂੰ ਦਬਾਇਆ ਜਾਵੇ। ਸੋ ਇਹਦੇ ਵਾਸਤੇ ਕਰਜ਼ਨ ਸਾਹਿਬ ਨੇ ਕੀ ਤਰੀਕਾ ਅਪਣਾਇਆ, ਕਰਜ਼ਨ ਸਾਹਿਬ ਨੇ ਲੋਕਾਂ ਨੂੰ ਧਰਮ ਦੇ ਆਧਾਰ ਤੇ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਕਿ ਬੰਗਾਲ ਦੀ ਵੰਡ ਇਹੋ ਜਿਹੇ ਤਰੀਕੇ ਦੇ ਨਾਲ ਕੀਤੀ ਜਾਵੇ, ਬੰਗਾਲ ਆਪਣਾ ਫਿਜ਼ੀਕਲ ਵੀ ਟੁੱਟ ਜੇ ਤੇ ਲੋਕਾਂ ਦੇ ਦਿਲਾਂ ਦੇ ਵਿੱਚ ਵੀ ਇੱਕ ਦੂਜੇ ਦੇ ਪ੍ਰਤੀ ਵੈਰ ਪੈ ਜੇ ਤੇ ਇੱਧਰੋਂ ਆਪਣਾ ਕੰਮ ਵੀ ਨਿਕਲ ਸਕੇ, ਨੈਸ਼ਨਲਿਜ਼ਮ ਨੂੰ ਦਬਾਇਆ ਜਾਵੇ। ਉਹ ਕਾਹਤੋਂ, ਕਿਉਂਕਿ ਬੰਗਾਲ ਇਹੋ ਜਿਹੀ ਜਗ੍ਹਾ ਸੀ ਨਾ ਉਸ ਦੌਰ ਦੇ ਵਿੱਚ ਜਿੰਨੇ ਵੀ ਰੈਵੋਲਿਊਸ਼ਨਰੀ ਐਕਟੀਵਿਟੀਜ਼ ਨੂੰ ਭਾਰਤ ਦੇ ਵਿੱਚ ਅੰਜਾਮ ਦਿੱਤਾ ਜਾਂਦਾ ਸੀ ਉਹਨਾਂ ਦੀ ਸਾਰੀਆਂ ਸਕੀਮਾਂ ਤੁਸੀਂ ਕਹਿ ਲਓ ਲਗਭਗ ਬੰਗਾਲ ਦੇ ਵਿੱਚ ਬਹਿ ਕੇ ਪੈਂਦੀਆਂ ਸੀਗੀਆਂ। ਸੋ ਬੰਗਾਲ ਇੱਕ ਤਰ੍ਹਾਂ ਦਾ ਨਰਵ ਸੈਂਟਰ ਸੀਗਾ ਇਹਨਾਂ ਸਕੀਮਾਂ ਦਾ, ਤਾਂ ਕਰਕੇ ਕਰਜ਼ਨ ਸਾਹਿਬ ਚਾਹੁੰਦੇ ਸੀਗੇ ਵੀ ਨੈਸ਼ਨਲਿਜ਼ਮ ਨੂੰ ਸਪਰੈਸ ਕੀਤਾ ਵੇ, ਉਹਦੇ ਵਾਸਤੇ ਪਹਿਲਾਂ ਆਪਾਂ ਨੂੰ ਬੰਗਾਲ ਨੂੰ ਤੋੜਨਾ ਪਊ ਤੇ ਇਹਦੇ ਵਾਸਤੇ ਇਹਨਾਂ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਦਾ ਸਹਾਰਾ ਲਿਆ। ਉਹ ਕਿਵੇਂ? ਦੇਖੋ, ਮੁਸਲਮਾਨਾਂ ਨੂੰ ਇਸ ਬੰਗਾਲ ਦੀ ਵੰਡ ਤੋਂ ਫਾਇਦਾ ਬਹੁਤ ਹੋਇਆ, ਆਪਾਂ ਪੜ੍ਹਾਂਗੇ ਅੱਗੇ। ਕਰਜ਼ਨ ਨੇ ਇਹ ਕਿਹਾ ਵੀ ਜਿਹੜੇ ਮੁਸਲਮਾਨਾਂ ਦੇ ਪ੍ਰਤੀ ਇਹ ਅੰਗਰੇਜ਼ ਪਹਿਲਾਂ ਬਹੁਤ ਹੀ ਘਟੀਆ ਵਤੀਰਾ ਰੱਖਦੇ ਹੁੰਦੇ ਸੀ, ਹੁਣ ਕਰਜ਼ਨ ਨੇ ਪਾਲਿਸੀ ਚੇਂਜ ਕਰਤੀ, ਕਰਜ਼ਨ ਇਹਨਾਂ ਦੇ ਨੇੜੇ ਆ ਗਿਆ, ਮੁਸਲਮਾਨ ਭਾਈਚਾਰੇ ਦੇ ਜਿਹੜੇ ਲੋਕ ਸੀਗੇ ਇਹਨਾਂ ਦੇ ਤੇ ਇਹਨਾਂ ਦੇ ਨਾਲ ਬਹੁਤ ਹੀ ਵਧੀਆ ਚੰਗਾ ਵਰਤਾਵ ਕਰਨ ਲੱਗ ਗਿਆ, ਤਾਂ ਕਿ ਮੁਸਲਮਾਨਾਂ ਨੂੰ ਵਰਤ ਕੇ ਜਿਹੜੇ ਕਿ ਮਾਈਨੋਰਿਟੀ ਦੇ ਵਿੱਚ ਹੁੰਦੇ ਸੀ, ਘੱਟ ਗਿਣਤੀ ਦੇ ਵਿੱਚ ਹੁੰਦੇ ਸੀ ਬੰਗਾਲ ਦੇ ਵਿੱਚ, ਠੀਕ ਹੈ, ਤੇ ਮੋਸਟਲੀ ਬੰਗਾਲ ਦੇ ਕੁਝ ਹਿੱਸਿਆਂ ਦੇ ਵਿੱਚ, ਤੇ ਉਹਨਾਂ ਨੂੰ ਇਹ ਐਜ਼ ਜਿਹੜੀ ਮੈਜੋਰਿਟੀ ਪਾਪੂਲੇਸ਼ਨ ਸੀ ਉਹਨਾਂ ਦੇ ਅਗੇਂਸਟ ਇਹ ਵਰਤ ਸਕਣ। ਇਸ ਦੇ ਲਈ ਇੱਕ ਸਰ ਸੈਯਦ ਅਹਿਮਦ ਖਾਨ ਸੀਗੇ, ਇਹ ਅੱਜ ਇਹਨਾਂ ਦੀ ਤੁਸੀਂ ਫੋਟੋ ਦੇਖ ਰਹੇ ਹੋ, ਇਹਨਾਂ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਸੀਗੀ ਜਿਹੜੀ ਉਹਦੀ ਇਹਨਾਂ ਨੇ ਫਾਊਂਡੇਸ਼ਨ ਲੇਡ ਕੀਤੀ ਸੀ, ਕਾਫੀ ਮਸ਼ਹੂਰ ਯੂਨੀਵਰਸਿਟੀ ਇੰਡੀਆ ਦੀ, ਉਹਦੇ ਇਹ ਫਾਊਂਡਰ ਸੀਗੇ। ਪੇਪਰ 'ਚ ਪੁੱਛਿਆ ਜਾਂਦਾ ਇਹਨਾਂ ਨੇ ਕਿਤਾਬ ਲਿਖੀ ਸੀ ਇੰਡੀਅਨ ਮੁਸਲਮਾਨ, ਇਹ ਵੀ ਪੇਪਰ 'ਚ ਪੁੱਛੀ ਜਾਂਦੀ ਹੈ। ਇਹਨੂੰ ਪਬਲਿਕ ਇਹਨੂੰ ਇਹਦੀ ਪਬਲੀਕੇਸ਼ਨ ਦੇ ਲਈ ਕਰਜ਼ਨ ਸਾਹਿਬ ਨੇ ਇਹਨਾਂ ਦੀ ਮਦਦ ਕੀਤੀ ਸੀਗੀ, ਇਹਨਾਂ ਦਾ ਅਲਾਇੰਸ ਬਣਾਇਆ ਸੀਗਾ ਤੇ ਮੁਸਲਿਮ ਦੇ ਪ੍ਰਤੀ ਬੜੀ ਟੋਲਰੈਂਟ ਪਾਲਿਸੀ ਇਹਨਾਂ ਨੇ ਅਪਣਾਈ ਸੀ ਤਾਂ ਕਿ ਕਰਜ਼ਨ ਇਹਨਾਂ ਨੂੰ ਵਰਤ ਸਕੇ ਬੰਗਾਲ ਦੀ ਵੰਡ ਕਰਨ ਦੇ ਲਈ ਤੇ ਦੂਜੇ ਜਿਹੜੇ ਮੈਜੋਰਿਟੀ ਜਿਹੜੇ ਰਿਲੀਜਨ ਸੀਗੇ ਉਹਨਾਂ ਦੇ ਅਗੇਂਸਟ ਲਈ। ਹੁਣ ਬੰਗਾਲ ਦੀ ਆਪਾਂ ਗੱਲ ਕਰਦੇ ਹਾਂ ਤਾਂ ਦੇਖੋ ਬੰਗਾਲ ਬਹੁਤ ਵੱਡੀ ਸਟੇਟ ਸੀਗੀ। ਆਹ ਦੇਖੋ ਬੰਗਾਲ ਦਾ ਮੈਪ, ਬੰਗਾਲ ਉਸ ਵੇਲੇ ਤੁਸੀਂ ਆਹ ਦੇਖੋ, ਇੱਧਰ ਆਪਣਾ ਬਿਹਾਰ ਵੀ ਅੱਜ ਦਾ ਬਿਹਾਰ ਹੈਗਾ ਉਹ ਵੀ ਬੰਗਾਲ ਦਾ ਹਿੱਸਾ, ਇੱਧਰ ਤੁਸੀਂ ਕਹਿ ਲਓ ਉੜੀਸਾ ਇਹ ਵੀ ਬੰਗਾਲ 'ਚ, ਬਾਂਗਲਾਦੇਸ਼ ਉਹ ਵੀ ਬੰਗਾਲ ਦਾ ਹਿੱਸਾ, ਇੱਧਰੋਂ ਅਸਾਮ, ਠੀਕ ਆ, ਕੁਝ ਕੁਝ ਹਿੱਸਾ ਅਰੁਣਾਚਲ ਪ੍ਰਦੇਸ਼ ਦਾ, ਇਹ ਸਾਰਾ ਬੰਗਾਲ ਹੁੰਦਾ ਸੀਗਾ। ਸੋ ਇਹਨੂੰ ਤੋੜਨਾ ਬਣਦਾ ਸੀ ਕਰਜ਼ਨ ਵਾਸਤੇ, ਕਾਹਤੋਂ, ਕਿਉਂਕਿ 19ਵੀਂ ਜਿਹੜੀ ਸਦੀ ਦੀ, ਠੀਕ ਹੈ, ਇਹਦੇ ਐਂਡ ਤੱਕ, ਯਾਨੀ ਕਿ ਤੁਸੀਂ ਕਹਿ ਲਓ 1895 ਤੋਂ 1900 ਦੇ ਵਿੱਚ ਕਰਜ਼ਨ ਤੇ ਇਹਦੇ ਪਹਿਲਾਂ ਦੇ ਵਾਇਸ ਰਾਏ ਸੀਗੇ, ਉਹਨਾਂ ਨੂੰ ਗੱਲ ਫੀਲ ਹੋਣ ਲੱਗ ਗਈ ਸੀ ਵੀ ਭਾਰਤ ਦੇ ਵਿੱਚ ਜਿਹੜਾ ਨੈਸ਼ਨਲਿਜ਼ਮ ਹੈ ਇਹ ਵਧਣ ਲੱਗ ਰਿਹਾ। ਤੇ ਨੈਸ਼ਨਲਿਜ਼ਮ ਵੀ ਅੱਗੇ ਦੋ ਤਿੰਨ ਤਰ੍ਹਾਂ ਦਾ ਸੀ, ਇੱਕ ਤਾਂ ਮੋਡਰੇਟ ਨੈਸ਼ਨਲਿਜ਼ਮ, ਆ ਗਾਂਧੀ ਹੋਰੀ ਹੋ ਗਈ ਜਿਹੜੇ ਕਹਿੰਦੇ ਸੀ ਵੀ ਅਸੀਂ ਕੰਸਟੀਟਿਊਸ਼ਨਲ ਰਿਫੋਰਮ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ, ਦੇਸ਼ ਨੂੰ ਅਸੀਂ ਕਾਨੂੰਨੀ ਤਰੀਕੇ ਦੇ ਨਾਲ ਆਜ਼ਾਦ ਕਰਾਉਣਾ। ਦੂਸਰਾ ਸੀਗਾ ਐਕਸਟ੍ਰੀਮਿਸਟ ਨੈਸ਼ਨਲਿਜ਼ਮ, ਬਾਲ ਗੰਗਾਧਰ ਤਿਲਕ ਸਾਹਿਬ ਹੋਰੀ ਹੋ ਗਏ, ਠੀਕ ਹੈ, ਦੂਜੇ ਧਰਨੇ ਮੁਜ਼ਾਹਰੇ ਵਾਲੇ ਬੋਇਜ਼ ਇਹ ਉਹ ਚਾਹੁੰਦੇ ਸੀਗੇ, ਤੀਸਰਾ ਹੈਗਾ ਰੈਵੋਲਿਊਸ਼ਨਰੀ ਨੈਸ਼ਨਲਿਜ਼ਮ, ਠੀਕ ਹੈ, ਇਹ ਜਿਹੜਾ ਤੁਹਾਨੂੰ ਦੱਸਿਆ ਸੀਗਾ ਬੱਗਾ ਜਤਿਨ ਹੋਰੀ, ਠੀਕ ਹੈ, ਅਰਵਿੰਦੋ ਘੋਸ਼ ਹੋਰੀ, ਬੰਬ ਸਿੱਟਤਾ ਸਾਵਰਕਰ ਸਾਹਿਬ ਹੋਰੀ, ਇਹ ਰੈਵੋਲਿਊਸ਼ਨਰੀ ਟ੍ਰੈਂਡ ਨੈਸ਼ਨਲਿਜ਼ਮ ਦੀ ਕੈਟਾਗਰੀ ਦੇ ਵਿੱਚ ਆਉਂਦੇ ਸੀਗੇ। ਸੋ ਇਹ ਤਿੰਨੇ ਤਰ੍ਹਾਂ ਦਾ ਨੈਸ਼ਨਲਿਜ਼ਮ ਉਸ ਦੌਰ ਦੇ ਵਿੱਚ ਦੇਖਣ ਨੂੰ ਮਿਲਿਆ, ਤੇ ਕਿੱਥੋਂ ਇਹ ਨਿਕਲਦਾ, ਕਿੱਥੋਂ ਸੀ, ਇਹ ਸਾਰਾ ਬੰਗਾਲ 'ਚ ਨਿਕਲਦਾ ਸੀ, ਬੰਗਾਲ ਇਹ ਸਾਰੇ ਨੈਸ਼ਨਲਿਜ਼ਮ ਦਾ ਨਰਵ ਸੈਂਟਰ ਹੁੰਦਾ ਸੀ, ਤਾਂ ਕਰਕੇ ਕਰਜ਼ਨ ਕਹਿੰਦਾ ਭਾਈ ਇਸ ਚੀਜ਼ ਨੂੰ ਰੋਕਣ ਦੇ ਲਈ ਆਪਾਂ ਨੂੰ ਬੰਗਾਲ ਨੂੰ ਵੰਡਣਾ ਪਊ ਤੇ ਬੰਗਾਲ ਨੂੰ ਵੀ ਇਸ ਤਰੀਕੇ ਨਾਲ ਵੰਡੋ ਜਿਹੜਾ ਇਹ ਲੋਕ ਨੇ ਇਹਨਾਂ ਨੂੰ ਆਪਸ ਦੇ ਵਿੱਚ ਲੜਾ ਦੂ ਤਾਂ ਕਿ ਇਹ ਆਪਦੇ ਰੌਲਿਆਂ ਦੇ ਵਿੱਚ ਉਲਝੀ ਜਾਣ, ਜਿਹਦੇ ਕਰਕੇ ਨੈਸ਼ਨਲਿਜ਼ਮ ਹੈ ਉਹਦੀ ਫੀਲਿੰਗ ਹੈ ਉਹਨੂੰ ਦਬਾਇਆ ਜਾ ਸਕੇ। ਸੋ ਹੁਣ ਹੁੰਦਾ ਕੀ ਸੀ, ਜਿਹੜਾ ਬੰਗਾਲ ਦਾ ਵੈਸਟਰਨ ਪੋਰਸ਼ਨ ਸੀਗਾ ਆਹ ਮੈਪ 'ਚ ਆਪਾਂ ਦੇਖਦੇ ਹਾਂ, ਆਹ ਦੇਖੋ ਈਸਟਰਨ ਬੰਗਾਲ ਸੀਗਾ ਜਿਹੜਾ ਆਹ ਵਾਲਾ ਹਿੱਸਾ, ਇੱਥੇ ਮੁਸਲਿਮ ਮੈਜੋਰਟੀ ਲੋਕ ਰਹਿੰਦੇ ਸੀ, ਵੈਸਟਰਨ ਬੰਗਾਲ ਸੀਗਾ ਜਿਹੜਾ ਇੱਧਰ, ਇੱਥੇ ਮੋਸਟਲੀ ਜਿਹੜੇ ਬੰਗਾਲੀ ਤੇ ਹਿੰਦੂ, ਮਤਲਬ ਕਹਿ ਲਓ ਹਿੰਦੂ ਲੋਕ ਸੀਗੇ ਉਹ ਮੈਜੋਰਟੀ ਦੇ ਵਿੱਚ ਸੀਗੇ। ਤੇ ਹੁਣ ਹੁੰਦਾ ਕੀ ਸੀਗਾ, ਅੰਗਰੇਜ਼ ਕਹਿੰਦੇ ਮੁਸਲਮਾਨਾਂ ਨੂੰ, ਕਹਿੰਦੇ ਯਾਰ ਤੁਸੀਂ ਤਾਂ ਜ਼ਮੀਨਾਂ ਪਿੱਛੇ ਪ੍ਰੋਫਿਟ ਮੁਹੰਮਦ ਦੇ ਟਾਈਮ ਵੇਲੇ ਵੀ ਲੜੀ ਗਏ, ਤੁਹਾਨੂੰ ਉਦੋਂ ਨਹੀਂ ਤੁਹਾਡਾ ਹੱਕ ਮਿਲਿਆ, ਤੇ ਅਸੀਂ ਚਾਹੁੰਦੇ ਵੀ ਤੁਹਾਨੂੰ ਤੁਹਾਡਾ ਹੱਕ ਮਿਲੇ, ਤੁਹਾਡਾ ਆਪਦਾ ਖੁਦ ਦਾ ਇੱਕ ਡਿਫਰੈਂਟ ਸੈਪਰੇਟ ਹੋਮਲੈਂਡ ਹੋਵੇ, ਸਿਰਫ ਤੁਸੀਂ ਮੁਸਲਿਮ ਤਬਕੇ ਦੇ ਲੋਕ ਹੀ ਉਸ ਜ਼ਮੀਨ ਦੇ ਟੁਕੜੇ 'ਚ ਰਹਿ ਸਕੋ, ਇਹਦੇ ਵਾਸਤੇ ਅਸੀਂ ਬੰਗਾਲ ਦੀ ਵੰਡ ਕਰਨੀ ਹੈ ਤੇ ਸਾਨੂੰ ਤੁਹਾਡੀ ਮਦਦ ਚਾਹੀਦੀ ਹੈਗੀ। ਸੋ ਕਮਿਊਨਲਿਜ਼ਮ ਦੀ ਭਾਵਨਾ ਇਹਨਾਂ ਦੇ ਮਨਾਂ ਦੇ ਵਿੱਚ ਅੰਗਰੇਜ਼ਾਂ ਨੇ ਪਾ ਦਿੱਤੀ ਸੀਗੀ, ਮੁਸਲਿਮ ਭਾਈਚਾਰੇ ਦੇ ਲੋਕਾਂ ਦੀ। ਕਮਿਊਨਲਿਜ਼ਮ ਦਾ ਮਤਲਬ ਹੁੰਦਾ ਜੀ ਧਰਮ ਦੇ ਆਧਾਰ ਤੇ ਇੱਕ ਦੂਜੇ ਦੇ ਨਾਲ ਲੜਾਉਣਾ। ਹੁਣ ਕਰਜ਼ਨ ਬਹੁਤ ਬਣੀ ਹੋਈ ਰਕਮ ਸੀਗੀ, ਬਹੁਤ ਹੁਸ਼ਿਆਰ ਬੰਦਾ ਸੀਗਾ, ਇਹਨੇ ਕੀ ਸਕੀਮ ਲਈ, ਇਹ ਕਹਿੰਦਾ ਬੰਗਾਲ ਨੂੰ ਇਸ ਤਰੀਕੇ ਨਾਲ ਤੋੜੋ ਲੋਕਾਂ ਨੂੰ ਪਤਾ ਵੀ ਨਾ ਚੱਲੇ ਤੇ ਆਪਣਾ ਕੰਮ ਵੀ ਹੋ ਜੇ। ਇਹ ਚਾਹੁੰਦਾ ਸੀ ਬੰਗਾਲ ਦੀ ਜਿਹੜੀ ਇਕਾਨਮੀ ਚੱਲ ਰਹੀ ਹੈ ਕਿਸ ਚੀਜ਼ ਤੇ ਚੱਲ ਰਹੀ ਹੈ, ਉਸ ਇਕਾਨਮੀ ਦਾ ਢਾਂਚਾ ਖਰਾਬ ਕਰ ਦਿਓ, ਉਹਦੇ ਨਾਲ ਕੀ ਹੋਊਗਾ
ਸੋ ਹੁਣ ਬੰਗਾਲ ਦੇ ਵਿੱਚ ਪਹਿਲਾਂ ਤਾਂ ਇਹ ਪੜ੍ਹੀਏ ਵੀ ਇਕੋਨਮੀ ਸੀਗੀ ਜਿਹੜੀ ਬੰਗਾਲ ਦੀ ਉਹ ਉਸ ਵੇਲੇ ਚੱਲਦੀ ਕਿਵੇਂ ਸੀ। ਸੋ ਦੇਖੋ ਬੰਗਾਲ ਦਾ ਨਕਸ਼ਾ ਤੁਹਾਨੂੰ ਮੈਂ ਦਿਖਾਇਆ ਸੀ, ਆਹ ਦੇਖੋ ਆਹ ਜਿਹੜਾ ਬੰਗਾਲ ਦਾ ਈਸਟਰਨ ਪੋਰਸ਼ਨ ਹੈ, ਇੱਥੇ ਜ਼ਿਆਦਾਤਰ ਮੁਸਲਿਮ ਪਾਪੂਲੇਸ਼ਨ ਸੀ ਤੇ ਜਿਹੜੇ ਮੁਸਲਿਮ ਭਾਈਚਾਰੇ ਦੇ ਲੋਕ ਸੀ ਉਹ ਕਿਸਾਨ ਹੁੰਦੇ ਸੀ, ਕਿਸਾਨ ਭਾਈ ਹੁੰਦੇ ਸੀ ਤੇ ਉਹ ਜੂਟ ਦੀ ਖੇਤੀ ਕਰਦੇ ਹੁੰਦੇ ਸੀਗੇ। ਜੂਟ ਦੀ ਹੁਣ ਹੁੰਦਾ ਕੀ ਸੀਗਾ, ਇੱਧਰਲੇ ਹਿੱਸੇ ਤਾਂ ਜੂਟ ਦੀ ਖੇਤੀ ਹੁੰਦੀ ਸੀਗੀ ਤੇ ਜਿਹੜਾ ਆਹ ਵੈਸਟਰਨ ਬੰਗਾਲ ਹੈ ਇੱਥੇ ਜ਼ਿਆਦਾਤਰ ਹਿੰਦੂ ਤਕੜੇ ਸ਼ਾਹੂਕਾਰ ਆਪਣੇ ਲਾੜੇ ਹੁੰਦੇ ਸੀਗੇ, ਉਹ ਉਹਨਾਂ ਦੇ ਜੂਟ ਮਿੱਲ ਹੁੰਦੇ ਸੀ। ਹੁਣ ਇਹਨਾਂ ਦੋਵੇਂ ਕਮਿਊਨਿਟੀਜ਼ ਹਿੰਦੂ ਤੇ ਮੁਸਲਿਮ ਇਹਨਾਂ ਦੇ ਭਾਈਚਾਰਿਆਂ ਦੇ ਜਿਹੜੇ ਆਪਸੀ ਸਾਂਝ ਹੁੰਦੇ ਸੀ ਉਹ ਇਹੀ ਜੀ ਉਸ ਵੇਲੇ ਇੰਨੇ ਵਧੀਆ ਹੁੰਦੇ ਸੀ, ਇਹਨਾਂ 'ਚ ਏਕਾ ਹੁੰਦਾ ਸੀ ਵੀ ਇਹ ਜੂਟ ਕਲਟੀਵੇਟ ਕਰਦੇ ਤੇ ਆਹ ਮਿੱਲਾਂ ਦੇ ਵਿੱਚ ਉਹਨੂੰ ਪ੍ਰੋਸੈਸ ਕਰਦੇ, ਇਹਨਾਂ ਦੇ ਨਾਲ ਇਹਨਾਂ ਦਾ ਖਰਚਾ ਪਾਣੀ ਨਿਕਲ ਜਾਂਦਾ ਸੀ, ਇਹਨਾਂ ਦੀ ਇਕੋਨਮੀ ਚੱਲੀ ਜਾਂਦੀ ਸੀ। ਹੁਣ ਕਰਜ਼ਾ ਨੇ ਕੀ ਕੀਤਾ, ਇਹ ਆਪਸ 'ਚ ਦੋਹੇ ਲੜਾਤੇ ਤੇ ਜਿਹਦੇ ਨਾਲ ਇਹਨਾਂ ਦੀ ਏਕਤਾ ਸੀਗੀ ਉਹ ਤੁਸੀਂ ਕਹਿ ਲਓ ਭੰਗ ਹੋ ਗਈ। ਕਮਿਊਨਲਿਜ਼ਮ ਦੀ ਭਾਵਨਾ ਵਿੱਚ ਕਹਿ ਲਓ ਕਰਜ਼ਾ ਜਿਹੜਾ ਕਰਜ਼ਾ ਸੀਗਾ ਕਮਿਊਨਲਿਜ਼ਮ ਦੀ ਇਹਨੇ ਸ਼ੁਰੂਆਤ ਕਰਤੀ ਸੀਗੀ। ਸੋ ਬਸ ਇਹਦਾ ਤਰੀਕਾ ਬੰਗਾਲ ਨੂੰ ਵੰਡਣਾ ਸੀਗਾ ਤੇ ਬੰਗਾਲ ਨੂੰ ਇਸ ਤਰੀਕੇ ਨਾਲ ਵੰਡਿਆ ਕਾਗਜ਼ਾਂ ਦੇ ਉੱਪਰ ਅਫੀਸ਼ੀਅਲ ਤੇ ਕਰਜ਼ਿਆਂ ਦਾ ਕਾਰਨ ਆਪਾਂ ਨੂੰ ਪਤਾ ਚੱਲ ਗਿਆ ਵੀ ਉਹ ਚਾਹੁੰਦਾ ਸੀ ਨੈਸ਼ਨਲਿਜ਼ਮ ਨੂੰ ਦਬਾਇਆ ਜਾਵੇ, ਮੁਸਲਿਮ ਤੇ ਹਿੰਦੂ ਭਾਈਚਾਰੇ ਨੂੰ ਆਪਸ 'ਚ ਲੜਾਇਆ ਜਾਵੇ। ਬਟ ਕਾਗਜ਼ਾਂ ਦੇ ਉੱਪਰ ਉਹਨੇ ਕੀ ਪੇਸ਼ ਕੀਤਾ, ਕਾਗਜ਼ਾਂ ਦੇ ਉੱਪਰ ਕਰਜ਼ਿਆਂ ਨੇ ਕਿਹਾ ਵੀ ਯਾਰ ਬੰਗਾਲ ਕਾਫੀ ਵੱਡੀ ਸਟੇਟ ਹੈ, ਸਭ ਤੋਂ ਐਡਮਿਨਿਸਟ੍ਰੇਸ਼ਨ ਇਹਦੀ ਸਾਹਮਣੇ ਰਹੀ ਤਾਂ ਕਰਕੇ ਇਸ ਨੂੰ ਵੰਡਣਾ ਚਾਹੁੰਦੇ ਆ। ਸੋ ਫਿਰ ਫਾਈਨਲੀ 16 ਅਕਤੂਬਰ 1905 ਨੂੰ ਬੰਗਾਲ ਨੂੰ ਵੰਡਿਆ ਗਿਆ ਕਰਜ਼ਨ ਸਾਹਿਬ ਦੁਆਰਾ। ਇਹ ਐਗਜੈਕਟ ਤਰੀਕ ਤੁਹਾਨੂੰ ਯਾਦ ਹੋਣੀ ਚਾਹੀਦੀ ਹੈ, ਕਿੰਨੀ ਤਰੀਕ ਕਿੰਨੀ 16 ਅਕਤੂਬਰ 1905 ਦਾ ਸਾਲ ਸੀਗਾ, ਇਸ ਤਰੀਕ ਨੂੰ ਬੰਗਾਲ ਦੀ ਵੰਡ ਕੀਤੀ ਗਈ। ਇਹ ਸਿੱਧੀ ਤਰੀਕ ਪੇਪਰ 'ਚ ਪੁੱਛੀ ਜਾਂਦੀ ਹੈ। ਸੋ ਬੰਗਾਲ ਨੂੰ 2 ਪ੍ਰੋਵਿੰਸੀ ਦੇ ਵਿੱਚ ਵੰਡਿਆ ਗਿਆ, ਈਸਟਰਨ ਬੰਗਾਲ ਤੇ ਵੈਸਟਰਨ ਬੰਗਾਲ। ਹੁਣ ਇੱਥੋਂ ਪੈ ਗਿਆ ਰੇੜਕਾ, ਰੇੜਕਾ ਕੀ ਪੈ ਗਿਆ, ਨਾ ਤਾਂ ਉਹਨਾਂ ਨੇ ਬੋਲੀ ਦੇ ਆਧਾਰ ਤੇ ਬੰਗਾਲ ਨੂੰ ਵੰਡਿਆ ਜਾਂ ਨਾ ਰੇਸ ਤੇ, ਸਿਰਫ ਧਰਮ ਦੇ ਆਧਾਰ ਤੇ ਬੰਗਾਲ ਨੂੰ ਵੰਡਤਾ। ਹੁਣ ਹੋਇਆ ਕਿ ਜਿਹੜਾ ਬੰਗਾਲ ਦਾ ਈਸਟਰਨ ਹਿੱਸਾ ਸੀ ਆਹ ਬੰਗਲਾਦੇਸ਼ ਵਾਲਾ ਕੁਝ ਕੁ ਅਸਾਮ ਦਾ ਹਿੱਸਾ, ਇਹ ਤੁਹਾਨੂੰ ਮੈਂ ਦਿਖਾਇਆ ਸੀ ਮੈਪ ਦੇ ਉੱਪਰ, ਇੱਥੇ ਕੀ ਹੁੰਦਾ ਸੀ, ਇੱਥੇ ਮੋਸਟਲੀ ਮੁਸਲਿਮ ਭਾਈਚਾਰੇ ਦੇ ਲੋਕ ਰਹਿੰਦੇ ਸੀ। ਸੋ ਉਹਨਾਂ ਨੇ ਬੰਗਾਲ ਨੂੰ ਵੰਡਤਾ। ਸੋ ਜਿਹੜਾ ਈਸਟਰਨ ਬੰਗਾਲ ਸੀ ਉੱਥੇ ਤਾਂ ਜਿਹੜੇ ਮੁਸਲਿਮ ਲੋਕ ਸੀ ਉਹ ਤਾਂ ਭਾਈ ਮੈਜੋਰਿਟੀ ਦੇ ਵਿੱਚ ਆ ਗਏ। ਹੁਣ ਜਿਹੜਾ ਵੈਸਟਰਨ ਬੰਗਾਲ ਸੀ ਇੱਥੇ ਰੇੜਕਾ ਇਹ ਪੈ ਗਿਆ, ਇੱਥੇ ਹਿੰਦੂ ਪਾਪੂਲੇਸ਼ਨ ਜ਼ਿਆਦਾ ਸੀ ਤੇ ਹਿੰਦੂ ਪਾਪੂਲੇਸ਼ਨ ਦੇ ਵਿੱਚ ਵੀ ਅੱਗੇ ਬੰਗਾਲੀ ਹੁੰਦੇ ਸੀਗੇ, ਹਿੰਦੂ ਹੁੰਦੇ ਸੀਗੇ, ਠੀਕ ਹੈ ਆਪਣੇ ਪੰਡਿਤ ਵਗੈਰਾ, ਤੇ ਤੀਸਰੇ ਹੁੰਦੇ ਸੀਗੇ ਉੜੀਆ ਲੋਕ। ਹੁਣ ਇੱਥੇ ਚੱਕਰ ਇਹ ਪੈ ਗਿਆ ਜਿਹੜੇ ਬੰਗਾਲ ਦੇ ਖੁਦ ਦੇ ਨੇਟਿਵ ਲੋਕ ਸੀ ਜਿਨ੍ਹਾਂ ਦੀ ਬੋਲੀ ਹੀ ਬੰਗਾਲੀ ਸੀ, ਬੰਗਾਲ ਦੇ ਜੰਮਪਲ ਸੀਗੇ, ਉਹ ਵੈਸਟਰਨ ਬੰਗਾਲ ਦੇ ਵਿੱਚ ਆ ਗਈ ਤੇ ਉਹ ਵੈਸਟਰਨ ਬੰਗਾਲ ਦੇ ਵਿੱਚ ਐਜ਼ ਏ ਮਾਈਨੋਰਿਟੀ ਬਣ ਕੇ ਰਹਿ ਗਏ, ਯਾਨੀ ਕਿ ਆਪਦੀ ਸਟੇਟ ਦੇ ਵਿੱਚ ਹੀ ਉਹ ਮਾਈਨੋਰਿਟੀ ਬਣ ਗਏ। ਬੰਗਾਲ ਬੰਗਾਲੀਆਂ ਦਾ ਦੇਸ਼ ਸੀ, ਉੱਥੇ ਹੀ ਉਹਨਾਂ ਲੋਕਾਂ ਉਹ ਜਿਹੜੇ ਲੋਕ ਸੀ ਘੱਟ ਗਿਣਤੀ ਬਣ ਕੇ ਰਹਿ ਗਏ। ਕਿਉਂ? ਕਿਉਂਕਿ ਉਹਨਾਂ ਉਸ ਵੈਸਟਰਨ ਬੰਗਾਲ ਦੇ ਵਿੱਚ ਹੁਣ ਜਿਹੜੇ ਹਿੰਦੀ ਬੋਲਣ ਵਾਲੇ ਤੇ ਉੜੀਸਾ ਦੀ ਜਿਹੜੀ ਭਾਸ਼ਾ ਸੀ ਉੜੀਆ, ਇਹ ਭਾਸ਼ਾ ਬੋਲਣ ਵਾਲੇ ਲੋਕਾਂ ਦੀ ਗਿਣਤੀ ਜ਼ਿਆਦਾ ਸੀਗੀ, ਇਹ ਮੈਜੋਰਿਟੀ ਦੇ ਵਿੱਚ ਆ ਗਈ। ਤੇ ਤੁਹਾਨੂੰ ਪਤਾ ਜਿਹੜੀ ਕਮਿਊਨਿਟੀ ਮਾਈਨੋਰਿਟੀ ਬਣ ਜਾਂਦੀ ਹੈ ਉਹਦੇ ਉੱਪਰ ਕਿਵੇਂ ਅਤਿਆਚਾਰ ਹੁੰਦਾ ਹੈ ਇਹ ਉਸ ਕਮਿਊਨਿਟੀ ਤੋਂ ਬਿਹਤਰ ਕੋਈ ਨਹੀਂ ਜਾਣ ਸਕਦਾ। ਸੋ ਬੰਗਾਲੀ ਲੋਕਾਂ ਦੀ ਇਹ ਸਮੱਸਿਆ ਖੜੀ ਹੋ ਗਈ ਤੇ ਹੁਣ ਮੁਸਲਿਮ ਭਾਈਚਾਰਾ ਸੀਗਾ ਜਿਹੜਾ ਉਹਦੇ ਵਾਸਤੇ ਕੀ ਫਾਇਦਾ ਹੋ ਗਿਆ ਉਹਦੇ ਬਾਰੇ ਪੜ੍ਹਨ ਤੋਂ ਪਹਿਲਾਂ ਆਪਾਂ ਇਹ ਦੇਖੀਏ ਬੰਗਾਲ ਦੀ ਪਾਰਟੀਸ਼ਨ ਕਰਤੀ ਇਹਦਾ ਰਿਐਕਸ਼ਨ ਕੀ ਹੋਇਆ, ਆਪਣੇ ਭਾਰਤ ਦੇ ਲੋਕਾਂ ਨੇ ਪੋਲੀਟੀਕਲ ਪਾਰਟੀਜ਼ ਨੇ ਕਿਵੇਂ ਆਪਦੀ ਤੁਸੀਂ ਕਹਿ ਲਓ ਕਿ ਆਪਣਾ ਭਾਵਨਾ ਸੀਗੀ ਜ਼ਾਹਿਰ ਕੀਤੀ ਉਹਦੇ ਬਾਰੇ ਪੜ੍ਹਦੇ ਆ। ਤਾਂ ਦੇਖੋ ਬਹੁਤ ਵਾਈਡ ਸਪਰੈਡ ਪੂਰੇ ਦੇਸ਼ ਦੇ ਵਿੱਚ ਪ੍ਰੋਟੈਸਟ ਦੇਖਣ ਨੂੰ ਮਿਲੇ ਕਰਜ਼ਨ ਦੇ ਇਹ ਸਟੈਪ ਤੋਂ ਬਾਅਦ। ਰਵਿੰਦਰ ਨਾਥ ਟੈਗੋਰ ਸੀਗੇ, ਉਹਨਾਂ ਨੇ ਇੱਕ ਬਹੁਤ ਹੀ ਫੇਮਸ ਗਾਣਾ ਲਿਖਿਆ ਸੀ ਅਮਰ ਸੁਨਾਰ ਬੰਗਲਾ। ਇਹ ਅੱਜ ਦੇ ਸਮੇਂ ਜਿਹੜਾ ਬੰਗਲਾਦੇਸ਼ ਹੈ ਉਹਦਾ ਨੈਸ਼ਨਲ ਐਂਥਮ ਵੀ ਹੈ। ਇਸ ਬੰਗਾਲ ਦੀ ਪਾਰਟੀਸ਼ਨ ਤੋਂ ਬਾਅਦ ਲੋਕਾਂ ਨੂੰ ਏਕਤਾ ਬਣਾਈ ਰੱਖਣ ਦੇ ਲਈ ਉਹਨਾਂ ਨੇ ਇਹ ਗਾਣਾ ਲਿਖਿਆ ਸੀ। ਇੰਡੀਅਨ ਨੈਸ਼ਨਲ ਕਾਂਗਰਸ ਸੀਗੀ ਜਿਹੜੀ ਉਹਨਾਂ ਨੇ ਇਹ ਚੀਜ਼ ਦਾ ਵਿਰੋਧ ਕੀਤਾ ਅੰਗਰੇਜ਼ਾਂ ਦੇ ਸਟੈਪ ਦਾ ਤੇ ਕਿਹਾ ਵੀ ਤੁਸੀਂ ਭਾਈ ਧਰਮ ਦੇ ਆਧਾਰ ਤੇ ਕਮਿਊਨਲ ਲਾਈਨਸ ਦੇ ਉੱਪਰ ਇਸ ਪਰਮੇਸ਼ਰ ਨੂੰ ਵੰਡਿਆ ਹੈਗਾ, ਇਸ ਚੀਜ਼ ਦੇ ਅਸੀਂ ਖਿਲਾਫ ਹਾਂ। ਸੋ ਜਿਹੜੇ ਬੰਗਾਲੀ ਸੀਗੇ ਬੰਗਾਲ ਦੇ ਖੁਦ ਦੇ ਨੇਟਿਵ ਲੋਕ ਸੀਗੇ ਉਹ ਤੁਸੀਂ ਮਾਈਨੋਰਿਟੀ ਦੇ ਵਿੱਚ ਲਿਆਤੇ, ਠੀਕ ਹੈ, ਤੇ ਮਾਈਨੋਰਿਟੀ ਨੂੰ ਕਿਹੜੇ ਅਧਿਕਾਰ ਮਿਲਦੇ ਨੇਗੇ, ਚੱਕਰ ਤਾਂ ਇਹ ਸੀ ਨਾ। ਤੇ ਹੁਣ ਜਿਹੜੇ ਮੁਸਲਿਮ ਭਾਈਚਾਰੇ ਦੇ ਲੋਕ ਸੀ ਉਹ ਈਸਟਰਨ ਬੰਗਾਲ 'ਚ ਆ ਗਏ, ਉਹ ਆ ਗਏ ਮੈਜੋਰਿਟੀ ਦੇ ਵਿੱਚ, ਹੁਣ ਉਹਨਾਂ ਨੂੰ ਹੋ ਗਿਆ ਫਾਇਦਾ। ਤੇ ਤਾਂ ਕਰਕੇ ਜਿਹੜੀ ਬੰਗਾਲ ਦੀ ਵੰਡ ਸੀ ਉਹ ਜਿਹੜੇ ਮੋਸਟਲੀ ਜਿਹੜੇ ਮੁਸਲਿਮ ਭਾਈਚਾਰੇ ਦੇ ਲੋਕ ਸੀ ਉਹਨਾਂ ਨੇ ਵੈਲਕਮ ਕੀਤਾ ਸੀ। ਕਿਵੇਂ? ਤਾਂ ਦੇਖੋ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਪਹਿਲਾਂ ਤਾਂ ਕੋਈ ਖਾਸ ਵਧੀਆ ਐਜੂਕੇਸ਼ਨ ਨਹੀਂ ਮਿਲਦੀ ਸੀ, ਨਾ ਉਹਨਾਂ ਦਾ ਕੋਈ ਇਕਨੋਮਿਕ ਸਟੇਟਸ ਚੰਗਾ ਸੀ। ਹੁਣ ਉਹਨਾਂ ਨੂੰ ਵਧੀਆ ਫਾਇਦਾ ਮਿਲ ਗਿਆ, ਇੱਕ ਤਾਂ ਉਹਨੂੰ ਆਪਦਾ ਖੁਦ ਦੀ ਸਟੇਟ ਮਿਲ ਗਈ ਵੱਡੀ, ਠੀਕ ਹੈ, ਜਿੱਥੇ ਉਹ ਆਪਦੀ ਐਜੂਕੇਸ਼ਨ ਵੀ ਸੁਧਾਰ ਸਕਦੇ ਨੇ, ਆਪਦਾ ਖੁਦ ਦਾ ਇਕਨੋਮਿਕ ਸਟੇਟਸ ਵੀ ਸੁਧਾਰ ਸਕਦੇ ਨੇ। ਤੇ ਲਾਰਡ ਕਰਜ਼ਨ ਸਾਹਿਬ ਨੇ ਵਾਅਦਾ ਵੀ ਕੀਤਾ ਸੀ ਵੀ ਤੁਹਾਡੀ ਐਜੂਕੇਸ਼ਨ ਸੁਧਾਰ ਦੇ ਲਈ ਮੈਂ ਢਾਕਾ ਦੇ ਵਿਖੇ ਇੱਕ ਯੂਨੀਵਰਸਿਟੀ ਵੀ ਸਥਾਪਿਤ ਕਰੂੰਗਾ ਜਿਹਦੇ ਨਾਲ ਮੁਸਲਮਾਨਾਂ ਨੂੰ ਇੱਕ ਓਪਰਚੁਨਿਟੀ ਮਿਲੂਗੀ ਵੀ ਆਪਦੇ ਆਪ ਨੂੰ ਸਿੱਖਿਆ ਤੇ ਇਕਨੋਮੀ ਦੇ ਖੇਤਰ ਦੇ ਵਿੱਚ ਅੱਗੇ ਲੈ ਕੇ ਜਾ ਸਕਣ। ਤਾਂ ਕਰਕੇ ਮੁਸਲਿਮ ਭਾਈਚਾਰੇ ਦੇ ਲੋਕ ਸੀ ਉਹਨਾਂ ਨੇ ਇਸ ਚੀਜ਼ ਨੂੰ ਵੈਲਕਮ ਕੀਤਾ ਸੀ। ਬਟ ਬਾਕੀ ਜਿਹੜਾ ਮੋਸਟਲੀ ਇੰਡੀਆ ਸੀਗਾ ਉਹ ਤਾਂ ਇੱਕੋ ਗੱਲ ਫੜ ਕੇ ਬਹਿ ਗਏ ਸਾਰੇ, ਉਹ ਤਾਂ ਕਹਿੰਦੇ ਵੀ ਇਹ ਤਾਂ ਤੁਹਾਡੀ ਡਿਵਾਈਡ ਐਂਡ ਰੂਲ ਪਾਲਿਸੀ ਹੈਗੀ, ਪਾੜੋ ਤੇ
ਤੇ ਇਹ ਇਸ ਚੀਜ਼ ਨੂੰ ਤੁਸੀਂ ਕਿਵੇਂ ਕਰ ਸਕਦੇ ਹੋ, ਧਰਮ ਦੇ ਆਧਾਰ ਤੇ ਕਿਸੇ ਚੀਜ਼ ਦੀ ਪਾਰਟੀਸ਼ਨ ਕਿਵੇਂ ਕਰ ਸਕਦੇ ਹੋ, ਦੋਵੇਂ ਧਰਮਾਂ ਦੇ ਲੋਕਾਂ ਨੇ ਤੁਹਾਨੂੰ ਨਫ਼ਰਤ ਪੈਦਾ ਕਰਤੀ, ਬਹੁਤ ਵਿਰੋਧ ਹੋਇਆ, ਠੀਕ ਹੈ, ਤੇ ਬੇਸਿਕਲੀ ਤੇ ਜਿਹੜਾ ਪਾਰਟੀਸ਼ਨ ਦਾ ਦਿਨ ਸੀਗਾ 16 ਅਕਤੂਬਰ, ਉਸ ਦਿਨ ਨੂੰ ਮੌਰਨਿੰਗ ਕੀਤੀ ਗਈ, ਠੀਕ ਹੈ, ਟੈਗੋਰ ਨੇ ਲੋਕਾਂ ਨੂੰ ਇਕੱਠੇ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਰਵਿੰਦਰ ਨਾਥ ਟੈਗੋਰ ਨੇ, ਉਹਨਾਂ ਨੇ ਕਿਹਾ ਹਿੰਦੂ ਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਵੀ ਇੱਕ ਦੂਜੇ ਦੇ ਹੱਥਾਂ ਦੇ ਰੱਖਣੇ ਬੰਨੋ, ਤਾਂ ਕਿ ਭਾਈਚਾਰਾ ਬਣਿਆ ਰਹੇ, ਆਪਣੀ ਏਕਤਾ ਨਾ ਟੁੱਟੇ। ਉਸ ਤੋਂ ਬਾਅਦ ਕਾਂਗਰਸ ਦਾ 1905 ਵਾਲਾ ਸੈਸ਼ਨ ਵੀ ਹੈਲਡ ਹੋਇਆ ਸੀਗਾ, ਦੱਸੋ ਕਿਹਨੇ ਪ੍ਰਸਾਈਡ ਕੀਤਾ ਸੀ, ਤੁਹਾਨੂੰ ਮੈਂ ਦੱਸਿਆ ਹੋਇਆ ਕਮੈਂਟ ਬਾਕਸ ਦੇ ਵਿੱਚ। ਤੇ ਇਹ ਸੈਸ਼ਨ ਦੇ ਵਿੱਚ ਸਵਦੇਸ਼ੀ ਤੇ ਬਾਈਕਾਟ ਮੂਵਮੈਂਟ ਚੱਲੀ, ਇਹ ਸੈਸ਼ਨ ਵਿੱਚ ਇਹ ਡਿਸਾਈਡ ਕੀਤਾ ਗਿਆ ਵੀ ਬੰਗਾਲ ਦੀ ਪਾਰਟੀਸ਼ਨ ਵਾਪਸ ਆਪਾਂ ਨੇ ਲੈਣੀ ਹੈ, ਉਹਦੇ ਵਾਸਤੇ ਆਪਾਂ ਨੂੰ ਧਰਨੇ ਮੁਜ਼ਾਹਰੇ ਕਰਨੇ ਪੈਣਗੇ, ਹੋਰ ਵੀ ਕਈ ਐਕਟੀਵਿਟੀਜ਼ ਕਰਨੇ ਪੈਣਗੀਆਂ। ਉਹਨਾਂ ਦੇ ਵਿੱਚ ਇੱਕ ਐਕਟੀਵਿਟੀ ਇਹ ਸੀ, ਸਵਦੇਸ਼ੀ ਦੇ ਬਾਈਕਾਟ, ਯਾਨੀ ਕਿ ਬ੍ਰਿਟਿਸ਼ ਜਿਹੜੇ ਗੁੱਡਸ ਨੇ ਉਹਨਾਂ ਦੀ ਵਰਤੋਂ ਛੱਡੋ, ਭਾਰਤ ਦੇ ਬਣੇ ਹੋਏ ਜਿਹੜੇ ਖੁਦ ਦੇ ਗੁੱਡਸ ਨੇ ਉਹਨਾਂ ਦੀ ਵਰਤੋਂ ਕਰਨੀ ਸ਼ੁਰੂ ਕਰੋ, ਜਿੱਦਾਂ ਇੰਡੀਅਨ ਮਾਰਕੀਟ ਹੈਗੀ ਉਹਨੂੰ ਵੀ ਥੋੜ੍ਹੀ ਜਿਹੀ ਸਪੋਰਟ ਮਿਲੇ। ਸੋ ਅੰਗਰੇਜ਼ਾਂ ਦਾ ਇਸ ਤਰੀਕੇ ਨਾਲ ਵੀ ਵਿਰੋਧ ਕੀਤਾ ਗਿਆ। ਸੋ ਫਿਰ ਫਾਈਨਲੀ 1911 ਦੇ ਵਿੱਚ ਅੱਕ ਕੇ ਪ੍ਰੋਟੈਸਟਾਂ ਤੋਂ ਬਾਅਦ ਜਿਹੜੀ ਬੰਗਾਲ ਦੀ ਪਾਰਟੀਸ਼ਨ ਸੀ ਉਹਨੂੰ ਖਤਮ ਕਰਨਾ ਪੈ ਗਿਆ। ਸੋ ਫਿਰ ਨਵੀਂ ਤੁਸੀਂ ਕਹਿ ਲਓ ਦੁਬਾਰਾ ਦੋ ਪ੍ਰਵੇਸ਼ਾਂ ਬਣਾਈਆਂ, ਉਹ ਹੁਣ ਭਾਸ਼ਾ ਦੇ ਆਧਾਰ ਤੇ ਸੀਗੀਆਂ, ਸਾਰਾ ਕੁਝ ਸੈੱਟ ਕਰਨਾ ਪੈ ਗਿਆ ਇਹਨਾਂ ਨੂੰ। ਬਿਹਾਰ ਤੇ ਉੜੀਸਾ ਨੂੰ ਬੰਗਾਲ ਚੋਂ ਕੱਢ ਦਿੱਤਾ ਗਿਆ ਤੇ 1936 ਦੇ ਰਾਊਂਡ ਇਹਨਾਂ ਨੂੰ ਸੈਪਰੇਟ ਪ੍ਰੋਵਿੰਸ ਬਣਾ ਦਿੱਤਾ ਗਿਆ, ਇੱਕ ਸੈਪਰੇਟ ਅਸਾਮ ਪ੍ਰੋਵਿੰਸ ਵੀ ਬਣਾਈ ਗਈ। ਤੇ ਬਾਅਦ ਦੇ ਵਿੱਚ 1911 ਦੇ ਵਿੱਚ ਜਿਹੜੀ ਅੰਗਰੇਜ਼ਾਂ ਦੀ ਕੈਪੀਟਲ ਕਲਕੱਤਾ ਹੁੰਦਾ ਸੀ ਉਹ ਕਲਕੱਤਾ ਤੋਂ ਸ਼ਿਫਟ ਕਰਕੇ ਦਿੱਲੀ ਲਿਆਂਦੀ ਗਈ, ਤਾਂ ਕਿ ਸਾਰਾ ਰੇੜਕਾ ਹੀ ਮੁਕਾ ਦਿੱਤਾ ਜਾਵੇ। ਸੋ ਹੁਣ ਬੰਗਾਲ ਦੀ ਜਿਹੜੀ ਪਾਰਟੀਸ਼ਨ ਸੀਗੀ ਉਹ ਹੋ ਵੀ ਗਈ, ਖਤਮ ਵੀ ਹੋ ਗਈ, ਆਪਾਂ ਸਾਰਾ ਪੜ੍ਹ ਲਿਆ, ਬਟ ਇੱਕ ਚੀਜ਼ ਆਪਾਂ ਪੜ੍ਹਨੀ ਭੁੱਲ ਗਏ, ਸਾਰਾ ਕੁਝ ਤਾਂ ਆਪਾਂ ਪੜ੍ਹ ਲਿਆ, ਇਹ ਚੀਜ਼ ਪੜ੍ਹਨੀ ਭੁੱਲ ਗਏ, ਕਰਜ਼ਨ ਦਾ ਜਿਹੜਾ ਇਹ ਸਟੈਪ ਸੀ ਇਹਨੇ ਤੁਸੀਂ ਕਹਿ ਲਓ ਹਿੰਦੂ ਤੇ ਮੁਸਲਿਮ ਭਾਈਚਾਰੇ ਦੇ ਜਿਹੜੇ ਲੋਕ ਸੀ ਉਹਨਾਂ ਦੇ ਵਿੱਚ ਇੱਕ ਤਰ੍ਹਾਂ ਦਾ ਜਿਹੜਾ ਪਾਠ ਸੀਗਾ ਉਹ ਪਾਤਾ ਸੀ, ਉਸ ਚੀਜ਼ ਦੀ ਸ਼ੁਰੂਆਤ ਹੋ ਗਈ, ਯਾਨੀ ਕਿ ਕਮਿਊਨਲਿਜ਼ਮ ਦੀ ਇੱਕ ਤਰ੍ਹਾਂ ਦੀ ਸ਼ੁਰੂਆਤ ਹੋ ਗਈ ਸੀ, ਜਿਹਨੂੰ ਅੱਗੇ ਆਉਣ ਵਾਲੇ ਜਿਹੜੇ ਵਾਇਸ ਰਹੇ ਸੀ ਉਹਨਾਂ ਨੇ ਹਥਿਆਰ ਵਾਂਗੂ ਵਰਤਿਆ, ਹਿੰਦੂਆਂ ਨੂੰ ਮੁਸਲਮਾਨ ਦੇ ਨਾਲ ਲੜਾਇਆ। ਪਹਿਲਾਂ ਸਾਰੇ ਇੱਕ ਹੁੰਦੇ ਸੀ ਤੇ ਉਹ ਲੜਾਈ ਇੰਨੀ ਜ਼ਿਆਦਾ ਅੱਗੇ ਵੱਧ ਗਈ ਜਿਹਦੇ ਕਰਕੇ ਆਪਾਂ ਨੂੰ ਦੇਸ਼ ਹੀ ਵੰਡਣਾ ਪੈ ਗਿਆ ਪੂਰਾ, ਆਪਣਾ ਹਿੰਦੁਸਤਾਨ ਤੇ ਪਾਕਿਸਤਾਨ ਅੱਜ ਦੇ ਸਮੇਂ 8 ਦੇਸ਼ ਨੇ। ਉਹ ਚੀਜ਼ਾਂ ਆਪਾਂ ਆਉਣ ਵਾਲੇ ਲੈਕਚਰ ਵਿੱਚ ਪੜ੍ਹਾਂਗੇ, ਅੱਜ ਦੇ ਲਈ ਇੰਨਾ ਹੀ ਹੈ ਜੀ, ਧੰਨਵਾਦ, ਠੀਕ ਹੈ, ਮਿਲਦੇ ਹਾਂ ਕੱਲ੍ਹ ਦੇ ਲੈਕਚਰ ਵਿੱਚ, ਧੰਨਵਾਦ।